ਗੁਰੂ ਸਾਹਿਬ ਜੀ ਈ ਈ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਤ ਯੁਗਲ ਚਰਨਮੰ ਬੰਦ ਨਾ ਤਰ ਪਰ ਸਰਕਰਮਾਠ ਗੁਰੂ ਨਾਨਕ ਪਾਦ ਪੰਕਜ ਪੰਦਨ ਪਾਦ ਪੰਕਜ ਪੰਦਨ ਸਮਰੰ ਅੰਗਦ ਤੋਖਨ ਕੰ ਅਮਰਦਾਸ ਗੁਰ ਹਰਿ ਦਤਿ ਆਵੋ ਹਰਿ ਦਤਿ ਆਵੋ ਸ੍ਰੀ ਗੁਰੂ ਰਾਮਦਾਸ ਕਉ ਨ ਗਾਵੂੰ ਗੁਰੂ ਅਰਜਨ ਬਿਨਨ ਕੇ ਨਾਮ ਨਾਸਕ ਬਿਗਨਨਕ ਨਾਸਕ ਸ੍ਰੀ ਗੁਰੂ ਹਰਿ ਗੋਬਿੰਦ ਸੁਪ ਸੁਮਤ ਪਰਕਾਰ Krishna ਤਬੈ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਹਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕੋ ਬੰਦਨਾ ਸੇਰ ਚਰਨਨ ਪਰ ਤਾਰ ਇਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਹੋਏ ਵਾਹੀ ਗੁਰੂ ਜੀ ਕੀ ਫਤਹਿ ਬਿਗਨ ਬਿਨਾਸਨ ਸੁ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ RAM DAS SUKH RAS PRAB ਸੇਵਕ ਤਰਾਸ ਬਿਦਾਰ ਪਗ ਪਰ ਮੁਰ ਪ੍ਰਣਾਮ ਹੈ ਪਰਨਾ ਸ਼ਰਨ ਵਿਚਾਰ ਰਾਮਦਾਸ ਸੁਖ ਰਾਸ ਪ੍ਰਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੀਆਂ ਮੋਲਕ ਕੜੀਆਂ ਆਪਾਂ ਨੂੰ சுவாਸਾਂ ਦੇ ਸਫਲ ਕਰਨ ਲਈ ਪ੍ਰਾਪਤ ਹੋਈਆਂ ਹਨ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਜੋ ਮਹਾਰਾਜ ਜੀ ਦੇ ਪਵਿੱਤਰ ਮੰਗਲਾ ਚਰਨ ਕਵੀ ਰਾਜ ਕਰ ਰਹੇ ਹਨ ਪਿਆਰ ਸਰਦਾ ਨਾਲ ਸਰਵਣ ਕਰੀਏ ਅੱਜ ਦਿਨ ਦੇ ਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਸਰਬੱਤ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਵਾਦ ਸਵਾਸ ਵਧਾਈਆਂ ਹੋਣ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਸਥਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਬਹੁਤ ਉਤਸ਼ਾਹ ਦੇ ਨਾਲ ਗੁਰਸਿੱਖ ਸੰਤਾਨ ਨੇ ਹਜ਼ੂਰ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਏ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਅਵਤਾਰ ਲਾਹੌਰ ਦੇ ਅੰਦਰ ਚੂਨਾ ਮੰਡੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਗ੍ਰਹਿ ਸੀਗਾ ਹਜ਼ੂਰ ਨੇ ਆਪਣੇ ਘਰ ਨੂੰ ਬਾਅਦ ਵਿੱਚ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਸੀ ਜਿੱਥੇ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਲਾਹੌਰ ਦੀਆਂ ਸੰਗਤਾਂ ਨੂੰ ਜਦੋਂ ਮਹਾਰਾਜ ਉਪਦੇਸ਼ ਦੇਣ ਲਈ ਗਏ ਮਹਾਰਾਜ ਉੱਥੇ ਠਹਿਰੇ ਸੀਗੇ ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ ਜਿਕਰ ਆਉਂਦਾ ਹੈ ਪਹਿਲ ਰਾਤ ਰਹੀ ਦੀ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਉਸ ਸਮੇਂ ਦੋ ਕੜੀਆਂ ਰਾਵੀ ਦਰਿਆ ਦੁੱਧ ਦਾ ਵਗਿਆ ਪ੍ਰਕਿਰਤੀ ਨੇ ਮੀ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹਜੂਰ ਦਾ ਬਚਪਨ ਬਹੁਤ ਕਠਿਨਾਈ ਤੇ ਸੰਸਾਰ ਦੇ ਅੰਦਰ ਜੋ ਪਦਾਰਥਾਂ ਤੋਂ ਥੋੜ੍ਹ ਹੁੰਦੀ ਹੈ ਇਹ ਗਰੀਬੀ ਭਰਿਆ ਸੀਗਾ ਭਾਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਤੋਂ ਚਾਰ ਪਦਾਰਥ ਸੰਸਾਰ ਦੇ ਜੀਵਾਂ ਨੂੰ ਪ੍ਰਾਪਤ ਹੁੰਦੇ ਐ ਐਸੇ ਦੀਨ ਦੇਵਾਲ ਸਤਿਗੁਰੂ ਜੀ ਨੇ ਆਪਣੇ ਬਚਪਨ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਘੁੰਗਣੀਆਂ ਵਿੱਚ ਆਕਰਦੇ ਤਾਂ ਸਤਿਗੁਰਾਂ ਜੀ ਨੇ ਕਾਬਲ ਤੋਂ ਆਈ ਸੰਗਤ ਨੂੰ ਉਹ ਸਾਰੀ ਚੰਗੇਰੀ ਮਹਾਰਾਜ ਦੇਤੀ ਸੀ ਜਦੋਂ ਬਾਜ਼ਾਰ ਵਿੱਚ ਸੱਚੇ ਪਾਤਸ਼ਾਹ ਜੀ ਖਲੋਤੇ ਸੀਗੇ ਜ਼ਿਕਰ ਆਉਂਦਾ ਹੈ ਕਿ ਬਾਕੀ ਬੱਚੇ ਤਾਂ ਹੋਕਾ ਦਿੰਦੇ ਸੀ ਪਰ ਮਹਾਰਾਜ ਹੋਕਾ ਨਹੀਂ ਸੀ ਸੱਚੇ ਪਾਤਸ਼ਾਹ ਦਿੰਦੇ ਤੇ ਸੰਗਤ ਵਿੱਚੋਂ ਇੱਕ ਬਜ਼ੁਰਗ ਆਇਆ ਉਸਨੇ ਜਦੋਂ ਹੁੰਗੜੀਆਂ ਦੀ ਮੰਗ ਕੀਤੀ ਮਹਾਰਾਜ ਜੀ ਨੇ ਇੱਕ ਬੁੱਕ ਭਰ ਕੇ ਪਾਇਆ ਉਹਨਾਂ ਕਿਹਾ ਕਿ ਮੇਰਾ ਤਾਂ ਇੰਨੇ ਨਾਲ ਨਹੀਂ ਸਰਨਾ ਮਹਾਰਾਜ ਦੋ ਬੁੱਕ ਪਾਤੇ ਕਹਿੰਦਾ ਵੀ ਥੋੜੇ ਐ ਹਜੂਰ ਨੇ ਹੋਰ ਪਾਏ ਕਹਿੰਦਾ ਵੀ ਥੋੜੇ ਐ ਮਹਾਰਾਜ ਚੰਗੇਰੀ ਪਲਟਤੀ ਸੱਚੇ ਪਾਤਸ਼ਾਹ ਨੇ ਉਹ ਫਿਰ ਸੰਗਤ ਵਿੱਚ ਵਰਤੌਣ ਲੱਗ ਗਿਆ ਜਦੋਂ ਮਹਾਰਾਜ ਘਰ ਆਏ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਉਂ ਘੂਗਣੀਆਂ ਸਾਰੀਆਂ ਸੰਗਤ ਵਿੱਚ ਵਰਤਾਉਣ ਬਾਰੇ ਜਦੋਂ ਪਤਾ ਲੱਗਿਆ ਹਜ਼ੂਰ ਦੇ ਪਿਤਾ ਜੀ ਨੇ ਨੇਤਰ ਲਾਲ ਕੀਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹਿਰਦਾ ਇੰਨਾ ਕੋਮਲ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਹ ਤਾੜਨਾ ਨਹੀਂ ਸਹਾਰੀ ਤੇ ਗਰੀਬ ਨਿਵਾਜੀ ਕਾਬਲ ਤੋਂ ਆਈ ਸੰਗਤ ਦੇ ਨਾਲ ਹੀ ਸੱਚੇ ਪਾਤਸ਼ਾਹ ਮਿਲ ਕਰਕੇ ਗੋਇੰਦਵਾਲ ਸਾਹਿਬ ਗਰੀਬ ਨਿਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ। ਹਜ਼ੂਰ ਨੇ ਜਦੋਂ ਇੱਥੇ ਆਕਰ ਕੇ ਦੀਨ ਦਿਆਲ ਸਤਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਸ਼ਨ ਕੀਤਾ। ਮਹਾਰਾਜ ਜੀ ਨੇ ਉਸ ਸਮੇਂ ਦਰਸ਼ਨ ਕਰਦਿਆਂ ਹੀ ਮਨ ਵਿੱਚ ਇਹ ਵਿਚਾਰ ਲਿਆ ਕਿ ਜਿੱਥੇ ਆਉਣਾ ਸੀ ਅਸੀਂ ਆ ਗਏ ਹਾਂ। ਇਸ ਤੋਂ ਪਰਾਂ ਹੋਰ ਸਾਡੇ ਜਾਣ ਦੀ ਕੋਈ ਸਾਡੇ ਦਰਸ਼ਨ ਕਰਨ ਦੀ ਕੋਈ ਥਾਂ ਨਹੀਂ ਆਪਣਾ ਤਨ ਮਨ ਧਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਭੇਟ ਕਰ ਦਿੱਤਾ ਇਹੋ ਜੀ ਮਹਾਰਾਜ ਜੀ ਨੇ ਮਹਾਨ ਸੇਵਾ ਕੀਤੀ ਕਿ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਆਪ ਜੀ ਨੂੰ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਪਰਖ ਕੇ ਆਪ ਜੀ ਨੂੰ ਆਪਣੇ ਹੁੰਦਿਆਂ ਸੱਚੇ ਪਾਤਸ਼ਾਹ ਨੇ ਗੁਰਿਆਈ ਤਖਤ ਬਖਸ਼ਿਸ਼ ਕੀਤਾ ਸਭ ਵਿਦਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਰਾਜ ਜੋਗ ਜੋ ਤਖਤ ਹੈ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਆਗਿਆ ਕਰਕੇ ਜੋ ਅੰਮ੍ਰਿਤਸਰ ਸਾਹਿਬ ਜਿਸ ਦਾ ਨਾਮ ਪ੍ਰਸਿੱਧ ਹੋਇਆ ਇਹ ਨਗਰ ਸਤਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਬਸਾਇਆ ਹੋਇਆ ਜਿਸ ਦਾ ਨਾਮ ਗੁਰੂ ਕਾ ਚੱਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰੱਖਿਆ ਅੰਮ੍ਰਿਤ ਸਰੋਵਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਦੀ ਪ੍ਰారంਭਤਾ ਕਰਵਾਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਆਪਣੇ ਆਣ ਕਰਕੇ ਘਰ ਵੀ ਬਣਵਾਏ ਸੱਚੇ ਪਾਤਸ਼ਾਹ ਜੀ ਨੇ ਬਹੁਤ ਇਹ ਸਤਗੁਰਾਂ ਜੀ ਦੀ ਕੋਗ ਨਗਰੀ ਵਸਦੀ ਹੈ ਜਿਸ ਦੀ ਬਾਪਦ ਕਿਹਾ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਵਾਕ ਨੇ ਪਿਤਾ ਸਤਗੁਰੂ ਜੀ ਦੇ ਅਰੰਭੇ ਹੋਏ ਕਾਰਜਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਪੂਰਨ ਕਰਵਾਇਆ ਗਰੀਬ ਨਿਵਾਜ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਇਥੇ ਸੰਗਤਾਂ ਨੂੰ ਗਰੀਬ ਨਿਵਾਜ ਨੇ ਅਜਿਹਾ ਸਿੱਖੀ ਦਾ ਉਪਦੇਸ਼ ਦਰੜਾਇਆ ਕਿ ਭਾਰਤ ਵਰਸ਼ ਦੇ ਅੰਦਰ ਚੌਹਾਂ ਦਿਸ਼ਾਵਾਂ ਤੋਂ ਸਿੱਖ ਚੱਲ-ਚੱਲ ਕੇ ਆਉਂਦੇ ਮਹਾਰਾਜ ਜੀ ਦਾ دیدار ਕਰਦੇ ਸਰੋਵਰ ਦੀ ਕਾਰ ਹੁੰਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਿੱਖੀ ਦਰੜਾਉਂਦੇ ਗੁਰੂ ਨਾਨਕ ਸਾਹਿਬ ਜੀ ਦੇ ਸੱਚ ਦੇ ਮਾਰਗ ਦਾ ਉਪਦੇਸ਼ ਹਜੂਰ ਬਖਸ਼ਿਸ਼ ਕਰਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਦਿਆਂ ਹੋਇਆਂ ਜਦੋਂ ਸਤਗੁਰਾਂ ਜੀ ਨੇ ਅੱਗੇ ਪਰਖ ਕੀਤੀ ਸੀ ਤੇ ਪਰਖ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋ ਛੋਟੇ ਸੁਪੁੱਤਰ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨ ਪੁੱਤਰ ਹੋਏ ਐ ਬੀਬੀ ਪਾਨੀ ਜੀ ਨਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪ ਜੀ ਦਾ ਅਨੰਦ ਕਾਰਜ ਕੀਤਾ ਆਪ ਜੀ ਦੇ ਵੱਡੇ ਸੁਪੁੱਤਰ ਦਾ ਨਾਮ ਬਾਬਾ ਪ੍ਰਿਥੀ ਚੰਦ ਜੀ ਅਤੇ ਬਾਬਾ ਪਿਰਠੀ ਚੰਦ ਜੀ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਬਾਬਾ ਮਹਾਦੇਵ ਜੀ ਤੋਂ ਛੋਟੇ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਰਖ ਕੇ ਜਦੋਂ ਪ੍ਰੀਤ ਵਿੱਚ ਪਰਪੱਕ ਗੁਰੂ ਅਰਜਨ ਸਾਹਿਬ ਜੀ ਨੂੰ ਵੇਖਿਆ ਲਾਹੌਰੋਂ ਬੁਲਾ ਕਰਕੇ ਹਜ਼ੂਰ ਨੇ ਆਪ ਆਪਣਾ ਗੁਰਿਆਈ ਤਖਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤਾ RAMDAS GURU JAGTARAN KAU GURJOT ARJAN MAHE THARI ਗੁਰਤਾ ਦੀ ਜੋਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰ ਧਰਨਾ ਕੀਤੀ ਇਹ ਪਟਾਨੇ ਵੀ ਜ਼ਿਕਰ ਕੀਤਾ ਹੈ ਕਿ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਿਆਈ ਤਖਤ ਗੁਰੂ ਅਰਜਨ ਸਾਹਿਬ ਜੀ ਨੂੰ ਆਪ ਬਖਸ਼ਿਸ਼ ਕੀਤਾ ਪ੍ਰਿਥੀ ਚੰਦ ਦੇ ਬਹੁਤ ਜ਼ਿਆਦਾ ਵਿਰੋਧ ਕਰਨ ਤੋਂ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨਾ ਉਸ ਲਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਹਦੇ ਪਰਥਾਏ ਵਿੱਚ ਸ਼ਬਦ ਉਚਾਰਨ ਕੀਤਾ ਸੀ ਪੂਤ ਕਾਹੇ ਚਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਚਗਰਤ ਪਾਪ ਐਸੇ ਵਾਕ ਸਤਿਗੁਰਾਂ ਜੀ ਨੇ ਕਹੇ ਵੱਡੇ ਵੇਲੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਚਾਲਾ ਮਾਰਿਆ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਕਰਕੇ ਜਿਸ ਥੜੇ ਸਾਹਿਬ ਤੇ ਆਪ ਜੀ ਨੂੰ ਗੁਰਿਆਈ ਤਖਤ ਪ੍ਰਾਪਤ ਹੋਇਆ ਸੀ ਉਸੇ ਥੜੇ ਤੇ ਸਹਜੂਰ ਚੌਂਕੜਾ ਲਾ ਕਰਕੇ ਬੈਠ ਗਏ ਗੋਇੰਦਵਾਲ ਸਾਹਿਬ ਦੀਆਂ ਸਿੱਖ ਸੰਗਤਾਂ ਆਪ ਦਾ ਆਉਣਾ ਸੁਣ ਕੇ ਦਰਸ਼ਨ ਕਰਨ ਲਈ ਆਈਆਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸ਼੍ਰੀ ਕੰਟ ਤੋਂ ਆਪਣੀਆਂ ਸਿੱਖ ਸੰਗਤਾਂ ਨੂੰ ਹਜ਼ੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਥੇ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਜੋਤੀ ਜੋਤ ਸਮਾਏ ਅੱਜ ਹਜ਼ੂਰ ਦਾ ਅਵਤਾਰ ਗੁਰਪੁਰਬ ਹੈ ਇਸ ਕਰਕੇ ਸੰਖੇਪ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਐਵੇਂ ਪੰਛੀ ਮਾਤਰ ਥੋੜੀ ਜੀ ਝਲਕ ਆਪਾਂ ਸਰਵਣ ਕੀਤੀ ਹੈ। ਹਜ਼ੂਰ ਦਾ ਜੀਵਨ ਬਹੁਤ ਬੇਅੰਤ ਵਿਸ਼ੇਸ਼ ਹੈ। ਪ੍ਰੇਮ ਨਾਲ ਭਰਿਆ ਹੋਇਆ ਸੱਚੇ ਪਾਤਸ਼ਾਹ ਜੀ ਦਾ ਜੀਵਨ ਹੈ। ਹਜ਼ੂਰ ਦੀ ਬਾਣੀ ਪ੍ਰੇਮ ਦੇ ਵੇਗ ਵਿੱਚ ਉਚਾਰਨ ਕੀਤੀ ਹੋਈ ਹੈ। ਜਦੋਂ ਗੁਰਸਿੱਖ ਪਿਆਰ, ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੈ, ਉਹਨਾਂ ਦੇ ਅੰਦਰ ਵੀ ਪ੍ਰੇਮ ਦਾ ਵੇਗ ਪ੍ਰਾਪਤ ਹੁੰਦਾ ਹੈ। ਸਤਗੁਰੂ ਜੀ ਪਾਰਸ਼ ਦੀ ਤਰ੍ਹਾਂ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਜਿਹੜਾ ਸ਼ੋਹ ਜਾਂਦਾ ਹੈ ਉਹ ਸੋਨਾ ਬਣ ਜਾਂਦਾ ਹੈ ਸਤਗੁਰੂ ਜੀ ਨੂੰ ਸ਼ੋਹ ਕਰਕੇ ਹੋਰ ਪਾਰਸ਼ ਵੀ ਬਣ ਜਾਂਦੇ ਆ ਇਹ ਤਾਂ ਇੱਕ ਪ੍ਰਮਾਣ ਦਿੱਤੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਪਾਰਸ਼ ਹਨ ਜਿਹੜੇ ਆਪਣੇ ਵਰਗਾ ਹੀ ਦੂਸਰਾ ਪਾਰਸ਼ ਬਣਾ ਦਿੰਦੇ ਆ ਕਿਉਂਕਿ ਪਾਰਸ਼ ਆਪਣੇ ਵਰਗਾ ਹੋਰ ਪਾਰਸ਼ ਨਹੀਂ ਬਣਾ ਸਕਦਾ ਸੋਨਾ ਤਾਂ ਕਰ ਸਕਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਜੀ ਜੋ ਪਾਰਸ ਤੋਂ ਵੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਨ ਹਨ ਇਹ ਇੱਕ ਪ੍ਰਮਾਣ ਦਿੱਤੇ ਜਾਂਦੇ ਐ ਜਿਵੇਂ ਚੰਦਨ ਦੇ ਨੇੜੇ ਸਾਰੇ ਚੰਦਨ ਹੋ ਜਾਂਦੇ ਐ ਐਸੀ ਸੰਗਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਟਾਂ ਨੇ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਹੋਇਆਂ ਕਿਹਾ ਹੈ ਜਿਸ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਕਿਨ ਬਲਕਟ ਜੀ ਕਹਿੰਦੇ ਐ ਜਿੰਨਾ ਸਤਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਨਾ ਉਹ ਚੱਕਿਆ ਜਾਂਦਾ ਹੈ ਇਹ ਦ੍ਰਿਸ਼ਟੀ ਵਿੱਚ ਗਿਆਨ ਦ੍ਰਿਸ਼ਟੀ ਆ ਜਾਂਦੀ ਹੈ ਗਿਆਨ ਦੇ ਚਕਸ਼ੂ ਖੁੱਲ ਜਾਂਦੇ ਆ ਜਿਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜਿਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਿੰਨਾ ਸਤਗੁਰਾਂ ਨੂੰ ਸਿਮਰਨੇ ਕਰਕੇ ਹਿਰਦੇ ਦੇ ਅੰਦਰ ਦਿਨੋ ਦਿਨ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ ਜਿਹ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜਿਨ੍ਹਾਂ ਸਤਗੁਰਾਂ ਜੀ ਦੇ ਨਾਮ ਨੂੰ ਸਿਮਰਨੇ ਕਰਕੇ ਅੰਦਰੋਂ ਦਿਲ ਦੇ ਵਿੱਚ ਜਿਹੜੀ ਮਨ ਦੇ ਵਕਾਰਾਂ ਦੀ ਤਪਸ਼ਵੈ ਉਹ ਮਿਟ ਜਾਂਦੀ ਹੈ ਜਿਹ ਸਤਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ ਜਿਨ੍ਹਾਂ ਸਤਗੁਰਾਂ ਦੇ ਨਾਮ ਨੂੰ ਸਿਮਰਨੇ ਕਰਕੇ ਰਿੱਧੀਆਂ ਸਿੱਧੀਆਂ ਨਵ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਤੇ ਪਟ ਜਨ ਤੋਂ ਪੁੱਛਦੇ ਆ ਬਲ ਪਟ ਜੀ ऐसे सतगुरु कौन ने जे सतगुरु सिमरंत नैन के तिमर मिटा खिन खिन मात्र समय विच जेड़ा हगे आंदा ਹਨेरा है नेत्रा चो मिट जांदा है ज्ञान दे चक्षु खुल जानदे खिन मात्र समय विच खिन शब्द ਵਰਤਿਆ ਬਲਪਟ ਜੀ ਨੇ ਬਲਪਟ ਜੀ ऐसे दीन दयाल सतगुरु कौन हन सोई रामदास गुर बल पण मिल संगत ਧਨ ਧਨ ਕਰੋ ਬੱਲਪਟ ਜੀ ਕਹਿੰਦੇ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਰੱਥ ਗੁਰੂ ਹਨ ਸੰਗਤ ਵਿੱਚ ਮਿਲ ਕਰਕੇ ਆਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਈ ਰਾਮਦਾਸ ਗੁਰ ਬੱਲ ਪਣ ਮਿਲ ਸੰਗਤ ਧੰਨ ਧੰਨ ਕਰੋ ਜਿਹ ਸਤਗੁਰ ਲੱਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ੍ਹਾਂ ਸਤਗੁਰਾਂ ਜੀ ਦੇ ਨਾਲ ਲੱਗ ਕਰਕੇ ਵਾਹਿਗੁਰੂ ਨੂੰ ਪਾ ਲਈਦਾ ਹੈ ਐਸੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਮ ਨੂੰ ਸਿਮਰੋਏ ਸੰਸਾਰ ਦੇ ਜੀਓ ਇਸੇ ਕਰਕੇ ਕੀਰਤ ਪਾਟ ਜੀ ਨੇ ਵੀ ਕਿਹਾ ਮਹਾਰਾਜ ਮੈਨੂੰ ਕਿਛ ਨਹੀਂ ਹੋਰ ਚਾਹੀਦਾ ਮੇਰੀ ਤਾਂ ਇੱਕੋ ਹੀ ਅਰਦਾਸ ਹੈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇੰਨੀ ਗਰੀਬੀ ਕਮਾਈ ਇੰਨੀ ਨਿਮਰਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਹਜੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਖੁਸ਼ੀਆਂ ਆਪ ਨੂੰ ਪ੍ਰਾਪਤ ਹੋਈਆਂ ਸੱਚੇ ਪਾਤਸ਼ਾਹ ਨੇ ਆਪਣੀ ਰਹਿੰਦੀ ਛੇਸ਼ ਉਮਰ ਅਤੇ ਗੁਰਿਆਈ ਤਖਤ ਆਪ ਜੀ ਨੂੰ ਬਖਸ਼ਿਸ਼ ਕੀਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਸਤਿਗੁਰੂ ਜੀ ਦੀ ਬਾਤ ਕਿਹਾ ਕਿ ਬੈਡਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਧੰਨ ਗੁਰੂ RAMDAS ਸੱਚੇ ਪਾਤਸ਼ਾਹ ਮਹਾਰਾਜ ਦੀਨਦਿਆਲ ਸਤਿਗੁਰਾਂ ਜੀ ਦੇ ਪਵਿੱਤਰ ਸਥਾਨ ਤੇ ਬਹੁਤ ਭਾਰੀ ਰੌਣਕਾਂ ਗੁਰਸਿੱਖ ਸੰਗਤਾਂ ਨੇ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਦਰਸ਼ਨ ਦਿਦਾਰ ਕੀਤੇ ਜਿਸ ਅਸਥਾਨ ਤੇ ਦਰਸ਼ਨ ਦਿਦਾਰਿਆਂ ਨੂੰ ਸਦਾ ਸਿੱਖ ਆਪਣੇ ਮਨ ਵਿੱਚ ਲੋਚਦੇ ਐ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਬੁੰਗੇ ਅਰਦਾਸ ਵਿੱਚ ਜਿਸ ਪਾਵਨ ਅਸਥਾਨ ਦਾ ਇਹਨੇ ਅਤਿਵ ਸਤਕਾਰ ਨਾਲ ਆਪਾਂ ਜ਼ਿਕਰ ਕਰਦੇ ਆਂ ਸਤਿਗੁਰੂ ਜੀ ਦੇ ਪਾਵਨ ਸਰੋਵਰ ਦੇ ਬਾਬਤ ਆਖਿਆ RAMਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਸਥਾਨ ਤੇ ਜਿੰਨਾ ਗੁਰਸਿੱਖਾਂ ਨੂੰ ਜਿੰਨਾ ਪ੍ਰਾਣੀਆਂ ਨੂੰ ਦਰਸ਼ਨ ਦੇਦਾਰ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਕੀਰਤਨ ਦੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਧੰਨ ਹਨ ਉਹ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਅੱਜ ਵੀ ਸ਼ੋਹ ਗੁਰਸਿੱਖਾਂ ਨੂੰ ਪਿਆਰ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪ ਜੀ ਦਾ ਪਾਵਨ ਪਵਿੱਤਰ ਅਸਥਾਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਇਸ ਕਰਕੇ ਸੁਖਮ ਜੀ ਬੇਨਤੀ ਕੀਤੀ ਹੈ ਸਤਿਗੁਰੂ ਜੀ ਗਰੀਬ ਨਿਵਾਜ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਹਜ਼ੂਰ ਸਿੱਖੀ ਬਖਸ਼ਿਸ਼ ਕਰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ ਤੋਂ ਸਾਧ ਸੰਗਤ ਜੀ ਅੱਜ ਨਵੰਬਰ ਦੀ 2 ਤਰੀਕ ਹੈ ਜਦੋਂ ਜੂਨ 1984 ਦੇ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਅਟੈਕ ਹੋਇਆ ਸੀਗਾ ਤੇ ਕੁਝ ਦਿਨ ਪਹਿਲਾਂ ਤਕਰੀਬਨ 31 ਅਕਤੂਬਰ ਨੂੰ ਜ਼ਾਲਮ ਨੂੰ ਫਿਰ ਸਿੰਘਾਂ ਨੇ ਖਾਲਸਾ ਹੀ ਜਿਹੜੇ ਸੀ ਕਾਨੂੰਨਾ ਮੁਤਾਬਕ ਇਹ ਸਜ਼ਾਵਾ ਦਿੱਤੀਆਂ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਸ ਨੇ ਸਤਗੁਰੂ ਜੀ ਦੇ ਪਾਵਨ ਸਥਾਨ ਦੀ ਬੇਅਦਬੀ ਕੀਤੀ ਤੇ ਸਾਰੇ ਹੀ ਸਿੱਖਾਂ ਨੂੰ ਇਸ ਗੱਲ ਦਾ ਨਿਸ਼ਾਨਾ ਬਣਾਇਆ ਗਿਆ ਇਹ ਨਵੰਬਰ 1 ਤੇ ਨਵੰਬਰ 2 ਤਕਰੀਬਨ 5 6 ਨਵੰਬਰ ਤੱਕ ਸਿੱਖਾਂ ਦਾ ਖੁੱਲੇ ਆਮ ਭਾਰਤ ਦੇ ਸਾਰਿਆਂ ਵੱਡਿਆਂ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ ਸੀ। ਦਿੱਲੀ ਦੀਆਂ ਸੜਕਾਂ ਸਿੱਖਾਂ ਦੇ ਖੂਨ ਨਾਲ ਰੰਗੀਆਂ ਗਈਆਂ ਸੀ। ਦਿੱਲੀ ਦਾ ਉਹ ਚਾਂਦਨੀ ਚੌਂਕ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤਿਲਕ ਤੇ ਜਨੂ ਦੀ ਖਾਤਰ ਆਪ ਦੇ ਸੀਸ ਦਾ ਬਲੀਦਾਨ ਦਿੱਤਾ ਸੀ। ਇਹ ਤਿਲਕ ਤੇ ਜਨੂ ਦੇ ਧਾਰਨ ਕਰਨ ਵਾਲੀ ਹਕੂਮਤ ਨੇ ਉਸੇ ਹੀ ਚੌਂਕ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਜ ਦੇ ਦਿਨ ਸਾੜ ਦਿੱਤਾ ਸੀਗਾ। ਬੱਚਿਆਂ ਨੂੰ ਬੀਬੀਆਂ ਨੂੰ ਬੜੀ ਬੇਰਮੀ ਦੇ ਨਾਲ ਮਾਰਿਆ ਗਿਆ ਸੀਗਾ ਤੇ ਹੁਕਮਰਾਨਾਂ ਨੇ ਐਡੀ ਕਤਲੋਗਾਰਤਾ ਆਪ ਕੀਤੀ ਤੇ ਕਰਨ ਤੋਂ ਪ੍ਰੰਤ ਜੇ ਬਿਆਨ ਦਿੱਤੇ ਤੇ ਕਹਿੰਦੇ ਨੇ ਜਦੋਂ ਵੱਡਾ ਕੋਈ ਰੁੱਖ ਹਿੱਲਦਾ ਤਾਂ ਸਾਰੀ ਧਰਤੀ ਹਿੱਲ ਜਾਂਦੀ ਹੈ ਇਸ ਤਰ੍ਹਾਂ ਦੇ ਬਿਆਨ ਜਿਹੜੇ ਸੀ ਉਹ ਦਿੱਤੇ ਸਿੱਖਾਂ ਦੀ ਕਤਲੇਆਮ ਜਿਹੜੀ ਸੀ ਉਹ ਹੁਕਮਰਾਨਾਂ ਦੇ ਵੱਲੋਂ ਰਾਜਸੀ ਤੰਤਰ ਵੱਲੋਂ ਜਿਹੜੀ ਸੀ ਉਹ ਕੀਤੀ ਗਈ ਤੇ ਫਿਰ ਇਸ ਨੂੰ ਜਿਹੜਾ ਨਾਮ ਸੀ ਉਹ ਦੰਗਿਆਂ ਦਾ ਦਿੱਤਾ ਗਿਆ ਅਖੇ ਜੀ ਇਹ ਦੰਗੇ ਹੋਏ ਐ ਦੋ ਜਿਹੜੇ ਫਿਰਕੇ ਆਪਸ ਵਿੱਚ ਲੜ ਪੈਣ ਤਾਂ ਉਸ ਨੂੰ ਦੰਗੇ ਕਹਿੰਦੇ ਐ ਇਹ ਸੋਚੀ ਸਮਝੀ ਸਿੱਖਾਂ ਦੀ ਕਤਲੋਗਾਰਥ ਸੀਗੀ ਚਾਹੇ ਕੋਈ ਮੂਨਾ ਹੀ ਸੀਗਾ ਉਹਦੇ ਹੱਥ ਵਿੱਚ ਪਿਆ ਹੋਇਆ ਕੜਾ ਵੇਖ ਕਰਕੇ ਕਿਹਾ ਕਿ ਸਿੱਖ ਵੈ ਉਸ ਦਾ ਕਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਅੱਜ ਦੇ ਦਿਨ ਤਕਰੀਬਨ ਜਿਨਨੇ ਵੱਡੇ ਵੱਡੇ ਸ਼ਹਿਰ ਹਨ ਦੇਰਾਦੂਨ ਹੈ ਕਾਨਪੁਰ ਵੈ ਦਿੱਲੀ ਹੈ ਇਹ ਤਕਰੀਬਨ ਪੰਜਾਬ ਤੋਂ ਬਾਹਰ ਬਹੁਤ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ ਸੀਗਾ ਤੇ ਜਿਨ੍ਹਾਂ ਨੇ ਇੱਕ ਸਭ ਕੁਝ ਕਰਵਾਇਆ ਇਹੋ ਜਿਹਾ ਭਾਰਤ ਦੇਸ਼ ਦਾ ਕਾਲਾ ਕਾਨੂੰਨ ਕਿ ਉਹਨਾਂ ਨੂੰ ਅਜੇ ਤੱਕ ਵੀ ਕੋਈ ਸਜ਼ਾ ਨਹੀਂ ਹੋਈ ਇਨਸਾਫ਼ ਨੂੰ ਲੈਣ ਵਾਸਤੇ ਤੇ ਜਿਨ੍ਹਾਂ ਨਾਲ ਇਹ ਸਭ ਕੁਝ ਵਾਪਰਿਆ ਸੀ ਉਹਨਾਂ ਨੇ ਦਰਬਾਰ ਠੋਕਰਾਂ ਖਾਧੀਆਂ ਹਨ ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਿਰਪਾ ਕਰਕੇ ਜਿਨ੍ਹਾਂ ਅਸੂਲਾਂ ਨੂੰ ਸਾਨੂੰ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਏ ਜੇ ਉਹਨਾਂ ਅਸੂਲਾਂ ਤੇ ਉੱਤੇ ਅਸੀਂ ਨਾ ਆਏ ਉਹਨਾਂ ਅਸੂਲਾਂ ਨੂੰ ਧਾਰਨ ਨਾ ਕੀਤਾ ਤਾਂ ਜ਼ਾਲਮ ਇਹ ਬਾਰ-ਬਾਰ ਹਰਕਤਾਂ ਕਰਦੇ ਰਹਿਣਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਅਸੂਲ ਦਿੱਤੇ ਏ ਗੁਰਬਾਣੀ ਦੇ ਰਸੀਏ ਬਣਨਾ ਤੇ ਸ਼ਸਤਰਾਂ ਦੇ ਧਾਰਨੀ ਹੋਣਾ ਜਿਨ੍ਹਾਂ ਕੋਲ ਛੋਟੀਆਂ ਹੀ ਕਿਰਪਾਨਾਂ ਸਿਗੀਆਂ ਨਾ ਭਾਵੇਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਜਾਉਣ ਵਾਲੀਆਂ ਹੀ ਕਿਰਪਾਨਾਂ ਸੀ ਨਾ ਦੇਗੀ ਕਿਰਪਾਨਾਂ ਭਾਵੇਂ ਉਹਨਾਂ ਦੇ ਨਾਲ ਹੀ ਜ਼ਾਲਮ ਅੱਗੇ ਲਾ ਦਿੱਤੇ ਸੀ ਉਹਨਾਂ ਥਾਵਾਂ ਤੇ ਬਿਚਾਰ ਰਿਹਾ ਸੀਗਾ ਤੋ ਇਸ ਕਰਕੇ ਸ਼ਸਤਰਾਂ ਨੂੰ ਜੂ ਧਾਰਨ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦੀ ਆਗਿਆ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਤੇ ਹੋਈ ਸਿੱਖਾਂ ਦੀ ਕਤਲੋਗਾਰਤ ਤੇ ਇਹ ਸੂਕਸ਼ਮ ਜੀ ਬੇਨਤੀ ਕੀਤੀ ਹੈ ਸਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਆਓ ਸਤਿਗੁਰਾਂ ਜੀ ਦੀ ਪਵਿੱਤਰ ਇਤਿਹਾਸ ਦੀ ਕਥਾ ਨਾਲ ਜੁੜੀਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਜਸ ਮੰਗਲਾ ਚਰਨ ਕਬੀਰਾ ਜੀ ਕਰ ਰਹੇ ਹਨ ਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਮੰਗਲਾ ਚਰਨ ਕਰਦਿਆਂ ਹੋਇਆਂ ਕਬੀਰਾ ਜੀ ਨੇ ਆਖਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੇ ਪਵਿੱਤਰ ਚਰਨ ਜਿਹੜੇ ਹਨ ਇੱਕ ਗਿਆਨ ਦਾ ਸਾਗਰ ਹਨ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਤੇ ਮੈਂ ਧਰਤੀ ਤੇ ਮਸਤਕ ਲਾ ਕਰਕੇ ਨਮਸਕਾਰ ਕਰਦਾ ਮਹਾਰਾਜ ਮੇਰੇ ਹਿਰਦੇ ਵਿੱਚ ਆਪ ਗਿਆਨ ਦੀ ਦਾਤ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਮਹਾਨ ਮਹਿਮਾ ਕਬੀਰ ਰਾਜ ਜੀ ਨੇ ਕੀਤੀ ਫਿਰ ਧੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਆਖਿਆ ਮਹਾਰਾਜ ਆਪ ਦੇ ਚਰਨ ਤਾਂ ਬਿਗਨਾਂ ਦੇ ਕੰਧਨ ਕੱਟਣ ਵਾਲੇ ਹੈ ਸਭ ਬਿਗਨਾਂ ਨੂੰ ਨਾਸ਼ ਕਰਨ ਵਾਲੇ ਹੈ ਹਜੂਰ ਆਪ ਦੀ ਤਾਂ ਦ੍ਰਿਸ਼ਟੀ ਤੋਂ ਹੀ ਅੰਮ੍ਰਿਤ ਵਰਦਾ ਸੱਚੇ ਪਾਤਸ਼ਾਹ ਜਿੱਧਰ ਨੂੰ ਵੇਖਦੇ ਹੋ ਅਮਰਤ ਹੀ ਕਰੀ ਜਾਂਦੇ ਹੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਤੇ ਨਮਸ਼ਕਾਰ ਕਰਨ ਨਾਲ ਸੰਸਾਰ ਦੇ ਅੰਦਰ ਤੇ ਪ੍ਰਲੋਕ ਦੇ ਅੰਦਰ ਸੁੱਖ ਦੋਹਾਂ ਲੋਕਾਂ ਦੇ ਪ੍ਰਾਪਤ ਹੋ ਜਾਂਦੇ ਐ ਐਸੇ ਆਪ ਜੀ ਦੇ ਪਵਿੱਤਰ ਚਰਨ ਹਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਮੰਗਲ ਕਰਦਿਆਂ ਹੋਇਆਂ ਕਬੀਰ ਰਾਜ ਜੀ ਨੇ ਆਖਿਆ ਹੈ हे ਗਰੀਬ ਨਿਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਸ੍ਰੇਸ਼ਟ ਤਾਈ ਦੇ ਦੇਣ ਵਾਲੇ ਹੋ ਮਹਾਰਾਜ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਰੁੱਲਦਿਆਂ ਫਿਰਦਿਆਂ ਨੂੰ ਮਾਣ ਦੇਣ ਵਾਲੇ ਹੋ ਸੱਚੇ ਪਾਤਸ਼ਾਹ ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲਿਓ ਮਹਾਰਾਜ ਦੇ ਚਰਨ ਤਾਂ ਸੂਰਜ ਵਤ ਪ੍ਰਕਾਸ਼ਮਈ ਹਨ ਜਿਵੇਂ ਸੂਰਜ ਰਾਤ ਨੂੰ ਦੂਰ ਕਰਦਾ ਹੈ ਜਿਵੇਂ ਮਹਾਰਾਜ ਆਪ ਜੀ ਦਾ ਉਪਦੇਸ਼ ਇਹੋ ਜਿਹਾ ਜਿਹੜਾ ਸਿੱਖਾਂ ਦੇ ਅੰਦਰੋਂ ਅਵਿਦਿਆ ਰੂਪੀ ਰਾਤ ਨੂੰ ਨਾਸ਼ ਕਰਦਾ ਹੈ ਫਿਰ ਹਨੇਰਾ ਨਾਸ਼ ਹੁੰਦਾ ਹੈ ਸੂਰਜ ਦੇ ਚੜਨ ਨਾਲ ਭਰਮ ਰੂਪੀ ਹਨੇਰਾ ਮਹਾਰਾਜ ਆਪ ਜੀ ਦਾ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਅੰਦਰੋਂ ਭਰਮ ਰੂਪੀ ਹਨੇਰਾ ਨਾਸ਼ ਹੋ ਜਾਂਦਾ ਹੈ ਕਿਹਾ ਨਾ ਕਿ ਗੁਰ ਅਮਰਦਾਸ ਪਰਸੀਐ ਉਹਮ ਪਾਤਕ ਬਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਕਹਿ ਗੁਰ ਅਮਰਦਾਸ ਪਰਸੀਐ ਅਪਉ ਲੱਭੈ ਗਉ ਚੁੱਕੈ ਇੱਕ ਬਿਨ ਦੋ ਗੁਣ ਜਾਉ ਤਉ ਰਹੈ ਜਾਸ ਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਦੇ ਦਾ ਦਰਸ਼ਨ ਹੀ ਵੇਖਣ ਨੂੰ ਮਿਲ ਜਾਣ ਤਾਂ ਪਦਾਰਥ ਮੁੱਕਦੇ ਨਹੀਂ ਨੌ ਨਿਧੀਆਂ 18 ਸਿੱਧੀਆਂ ਉਹਨਾਂ ਦੇ ਚਰਨਾਂ ਨੂੰ ਚੁੰਮਣ ਲੱਗ ਜਾਂਦੀਆਂ ਜਿਨ੍ਹਾਂ ਨੇ ਆਪ ਦਾ ਦਰਸ਼ਨ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਮਹਾਰਾਜ ਆਪਦੇ ਦਰਸ਼ਨ ਇਹੋ ਜੇ ਐ ਜਿਵੇਂ ਸੂਰਜ ਦੇ ਚੜਨ ਨਾਲ ਚਕਵੇ ਦਾ ਬਿਰਹ ਮੁੱਕ ਜਾਂਦਾ ਨਾ ਇਓਂ ਚੱਕਵੇ ਕੌਣ ਹਨ ਆਪ ਜੀ ਦੇ ਸਿੱਖ ਤੇ ਉਹ ਆਪ ਦੇ ਸਿੱਖਾਂ ਦੇ ਅੰਦਰ ਉਹ ਮਹਾਰਾਜ ਜਿਹੜਾ ਬਿਰਹੋ ਲੱਗਾ ਹੋਇਆ ਵਾਹਿਗੁਰੂ ਨੂੰ ਮਿਲਣ ਦਾ ਉਹ ਮਹਾਰਾਜ ਬਿਰਹੋ ਨੂੰ ਮੇਟ ਕੇ ਆਪ ਵਾਹਿਗੁਰੂ ਨਾਲ ਮਿਲਾ ਦੇਣ ਵਾਲਿਓ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹੋ ਜੀ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਦਰਸ਼ਨਾਂ ਦੀ ਸੋਭਾ ਹੈ ਤੇ ਦ੍ਰਿਸ਼ਟਾਨ ਦੇ ਕਰਕੇ ਕਬੀਰਾ ਜੀ ਨੇ ਕਿਹਾ ਪਰ ਇੱਕ ਗੱਲ ਤੋਂ ਮਹਾਰਾਜ ਦੇ ਦਰਸ਼ਨ ਜਿਹੜੇ ਹਨ ਉਹ ਸੂਰਜ ਨਾਲੋਂ ਵੀ ਵੱਧ ਵੈ ਕਬੀਰਾ ਜੋ ਕੀ ਹੈ ਕਹਿੰਦੇ ਸੂਰਜ ਤਪਸ਼ ਮਾਰਦਾ ਹੈ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਦਰਸ਼ਨ ਜੀਆਂ ਨੂੰ ਠੰਡ ਪਾਉਂਦੇ ਅੰਦਰ ਕਲੇਜੇ ਦੇ ਵਿੱਚ ਵਿਸ਼ਿਆਂ ਤੋਂ ਮਨ ਤੜਫਦਾ ਹੋਇਆ ਜਿਹੜਾ ਹੈ ਉਹ ਸ਼ਾਂਤ ਪਾ ਕਰਕੇ ਨਿਹਾਲ ਹੋ ਜਾਂਦਾ ਹੈ ਪ੍ਰੇਮੇ ਕੋੜੀਆਂ ਦਾ ਜਿਨ੍ਹਾਂ ਦਾ ਸਰੀਰ ਵੀ ਤਪਦਾ ਸੀ ਮਨ ਵੀ ਤਪਦਾ ਸੀ ਦੋਹਾਂ ਨੂੰ ਠੰਡ ਪੈ ਗਈ ਮਨ ਵੀ ਠੰਡਾ ਹੋ ਗਿਆ ਵਿਸ਼ਿਆਂ ਤੋਂ ਤੇ ਸਰੀਰ ਵੀ ਕੋੜ ਤੋਂ ਤਪਦਾ ਰਾਜੀ ਹੋ ਗਿਆ ਐਸਾ ਦਰਸ਼ਨ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਇਸ ਕਰਕੇ ਕਹਿੰਦੇ ਸੂਰਜ ਨਾਲੋਂ ਵਿਸ਼ੇਸ਼ ਹੋਇਆ ਨਾ ਸੂਰਜ ਤਪਸ਼ ਮਾਰਦਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਠੰਡਕ ਪਾਉਂਦੇ ਹੈ ਅੰਦਰ ਗਿਆਨ ਦਾ ਸੱਚੇ ਪਾਤਸ਼ਾਹ ਪ੍ਰਕਾਸ਼ ਬਖਸ਼ਿਸ਼ ਕਰਦੇ ਹੈ ਵਿਸ਼ਿਆਂ ਤੋਂ ਮਨ ਤਪਿਆ ਹੋਇਆ ਜਿਹੜਾ ਹੈ ਉਹ ਠੰਡ ਪਾ ਕੇ ਸ਼ਾਂਤੀ ਪਾ ਕੇ ਕਰਕੇ ਨਿਹਾਲ ਹੋ ਜਾਂਦਾ ਹੈ ਅੱਗੇ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਮੰਗਲਾ ਚਰਨ ਕਰਦੇ ਹੈ ਅੱਜ ਦੀਨ ਦੇਵਾਲ ਸਤਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ ਇਸ ਕਰਕੇ ਜਿਹੜੀ ਹੈ ਕੱਲ ਇਹ ਕਥਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮੰਗਲਾ ਚਰਨ ਤੱਕ ਹੋਈ ਸੀ ਅੱਗੇ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਪਵਿੱਤਰ ਮੰਗਲਾ ਚਰਨ ਕਬੀਰ ਰਾਜ ਕਰਦੇ ਨੇ ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਰਾਮਦਾਸ ਸੁਖਰਾਸ ਪ੍ਰਭ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਪ੍ਰਭੂ ਹੋ ਗਰੀਬ ਨਿਵਾਜ ਆਪ ਨਿਰੰਕਾਰ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸੁੱਖਾਂ ਦੀ ਰਾਸ ਹੋ ਕਬੀਰ ਰਾਜ ਕਹਿੰਦੇ ਐ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੁੱਖਾਂ ਦੀ ਖਾਨ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਜੀਵ ਬਹੁਤ ਦੁਖੀ ਸਤਗੁਰਾਂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸੁੱਖ ਬਖਸ਼ਿਸ਼ ਕਰਦੇ ਜਿੱਥੇ ਸੰਸਾਰੀ ਸੁੱਖ ਮਹਾਰਾਜ ਸੱਚੇ ਪਾਤਸ਼ਾਹ ਆਪ ਦੇਣ ਵਾਲਿਓ ਗਰੀਬ ਨਮਾਜ਼ ਉੱਥੇ ਆਤਮਿਕ ਸੁੱਖ ਦੀ ਆਪਜੀ ਰਾਸ ਖਾਣ ਹੋ ਆਤਮਿਕ ਆਨੰਦ ਆਪਣੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਆਪਜੀ ਬਖਸ਼ਿਸ਼ ਕਰਦੇ ਹੋ ਪਟਾਣੇ ਆਖਿਆ ਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਜੀ ਨੇ ਇਹੋ ਜਿਹਾ ਖਿਮਾ ਰੂਪ ਚੰਦੋਆ ਤਾਣਿਆ ਕਿ ਸਾਰਾ ਸੰਸਾਰ ਹੀ ਆਪ ਨੇ ਬਖਸ਼ ਦਿੱਤਾ ਹੈ ਸਤਿਗੁਰ ਖਿਮਾ ਤਾਣਿਆ ਜੁਗ ਜੂਥ ਸਮਾਣੇ ਸਾਰਾ ਜਗਤ ਹੀ ਮਹਾਰਾਜ ਜਿਹੜਾ ਵੀ ਆਪਜੀ ਦੇ ਖਿਮਾ ਰੂਪੀ ਚੰਦੋਏ ਥੱਲੇ ਆ ਗਿਆ ਜਿਹੜਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਮਹਾਰਾਜ ਆਪ ਉਹਨਾਂ ਨੂੰ ਸੁੱਖਾਂ ਦੀ ਦਾਤ ਦੇਣ ਵਾਲੇ ਹੋ ਆਪ ਸੁੱਖਾਂ ਦੀ ਰਾਸ ਉਹ ਸੱਚੇ ਪਾਤਸ਼ਾਹ ਖਾਣ ਹੁੰਦੀ ਹੈ ਜਿੱਥੋਂ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਹਨ ਨਾ ਉਹ ਵਰਤਾਇਆਂ ਮੁੱਕ ਜਾਂਦੀਆਂ ਨੇ ਪਰ ਜਿਹੜੀਆਂ ਖਾਣਾ ਹੁੰਦੀਆਂ ਨਾ ਖਾਣਾ ਵਿੱਚੋਂ ਜਿਹੜਾ ਹੈ ਪਦਾਰਥ ਜਿਹੜਾ ਨਿਕਲੇ ਉਹ ਖਾਣ ਉਹਨੂੰ ਕਹਿੰਦੇ ਜਿੱਥੋਂ ਮੁੱਕੇ ਹੀ ਨਾ ਫਿਰ ਮਹਾਰਾਜ ਆਪਕੋਲ ਸੁਖ ਇੰਨੇ ਹੈ ਕਿ ਆਪ ਸੁੱਖਾਂ ਦੀ ਖਾਨ ਉਹ ਸੁੱਖਾਂ ਦੀ ਅਬਦੀ ਉਹ ਸੱਚੇ ਪਾਤਸ਼ਾਹ ਆਪ ਜੀ ਦੇ ਕੋਲੋਂ ਸੁਖ ਮੁੱਕਦੇ ਨਹੀਂ ਕਿਉਂਕਿ ਆਪਦੇ ਤਾਂ ਦਰਸ਼ਨਾਂ ਵਿੱਚ ਹੀ ਸੁਖ ਹੈ ਸੱਚੇ ਪਾਤਸ਼ਾਹ ਮੁੱਖ ਤੋਂ ਉਪਦੇਸ਼ ਦਿੰਨੇ ਹੋ ਤੇ ਜੀਆਂ ਦੇ ਰਿਦ੍ਹੇ ਸੁਖੀ ਹੋ ਜਾਂਦੇ ਆ ਗਰੀਬ ਨਵਾ ਸੱਚੇ ਪਾਤਸ਼ਾਹ ਇਸ ਕਰਕੇ ਕਬੀਰ ਰਾਜ ਕਹਿੰਦੇ ਨੇ हे ਪ੍ਰਭੂ ਸਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸੁਖਾਂ ਦੀ ਖਾਨ ਹੋ ਸੇਵਕ ਤਰਾਸ ਵਿਦਾਰ ਜਿਹੜੇ ਆਪ ਜੀ ਦੇ ਸੇਵਕ ਹਨ ਆਪਣੇ ਸੇਵਕਾਂ ਦੇ ਅੰਦਰੋਂ ਮਹਾਰਾਜ ਜਿਹੜਾ ਤਰਾਸ ਡਰਵੈ ਜਮਾ ਦਾ ਡਰਵੈ ਮੌਤ ਦਾ ਡਰਵੈ ਇਹਨੂੰ ਬਦਾਰ ਦੇਣ ਵਾਲਿਓ ਕਟ ਦੇਣ ਵਾਲਿਓ ਸੱਚੇ ਪਾਤਸ਼ਾ ਜਿਨ ਆਪ ਜੀ ਦਾ ਸਿੱਖ ਸਜਣਾ ਕੀਤਾ ਹੈ ਆਪ ਜੀ ਦਾ ਸੇਵਕ ਬਣ ਗਿਆ ਸੱਚੇ ਪਾਤਸ਼ਾ ਉਹਨਾਂ ਦੇ ਆਪ ਜੀ ਅੰਦਰ ਜਿਹੜੇ ਡਰ ਨੇ ਵਸੇ ਹੋਏ ਸਾਰੇ ਡਰ ਆਪ ਜੀ ਬਦਾਰਨ ਬਦਾਰਨ ਵਾਲਿਓ ਭਾਵ ਕਟਣ ਵਾਲਿਓ ਮੌਤ ਦਾ ਡਰ ਆਪ ਦੇ ਸੇਵਕਾਂ ਨੂੰ ਨਹੀਂ ਵਿਆਪਦਾ ਹੈ ਸੇਵਕਾਂ ਦੇ ਡਰ ਖਤਮ ਕਰ ਦੇਣ ਵਾਲਿਓ ਪਾਗ ਪਰ ਮੂਰ ਪ੍ਰਣਾਮ ਹੈ ਭਗਵਾਨ ਜੀ ਦੇ ਚਰਨਾਂ ਤੇ ਸੱਚੇ ਪਾਤਸ਼ਾਹ ਮੇਰੀ ਪ੍ਰਣਾਮ ਹੈ ਮੇਰੀ ਨਮਸ਼ਕਾਰ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਕਬੀਰਾਇ ਨਮਸ਼ਕਾਰ ਕਰਦੇ ਆ ਜਿੰਨੀ ਵਾਰ ਅਸੀਂ ਇਹ ਕਥਾ ਕਰਦੇ ਆ ਸੁਣਦੇ ਆ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਾਡੀ ਵੀ ਨਮਸਕਾਰ ਹੀ ਹੁੰਦੀ ਹੈ ਇਉਂ ਸ਼ਰਧਾ ਭਾਵਨਾ ਨਾਲ ਗੁਰਸਿੱਖ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਹੈ ਧਨ ਹੋ ਜਾਂਦੇ ਹੈ ਨਿਹਾਲ ਹੋ ਜਾਂਦੇ ਹੈ ਇਸ ਕਰਕੇ ਕਵੀ ਰਾਜ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਤੇ ਮੇਰੀ ਗਰੀਬ ਦੀ ਨਮਸਕਾਰ ਹੈ ਪਰਨਾ ਸ਼ਰਨ ਵਿਚਾਰ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਦਾ ਜਿਹੜਾ ਪਰਨਾ ਆਸਰਾ ਹੈ ਨਾ ਮਹਾਰਾਜ ਇਹ ਲੈਣਾ ਕੀਤਾ ਹੈ ਤੇ ਗਰੀਬ ਨਵਾਜ਼ੀ ਮੈਂ ਵਿਚਾਰ ਲਿਆਏ ਕਿ ਆਪ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਕਿਤੇ ਥਾਂ ਨਹੀਂ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਆਪ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਸੱਚੇ ਪਾਤਸ਼ਾਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਈਦਾ ਹੈ ਇਸ ਕਰਕੇ ਮਹਾਰਾਜ ਆਪ ਦੇ ਚਰਨਾਂ ਦੀ ਸ਼ਰਨ ਦਾ ਪਰਣਾ ਆਸਰਾ ਲਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵਿਚਾਰ ਦੇ ਦੇਣ ਵਾਲਿਓ ਗਿਆਨ ਦੇ ਦੇਣ ਵਾਲਿਓ ਜਿਨ੍ਹਾਂ ਜਿਨ੍ਹਾਂ ਨੇ ਆਪ ਦੇ ਚਰਨਾਂ ਦਾ ਆਸਰਾ ਲਿਆ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਸਰੂਪ ਦੀ ਵਿਚਾਰ ਸਰੂਪ ਦਾ ਗਿਆਨ ਬਖਸ਼ਣ ਵਾਲਿਓ ਕਬਿਤ ਪੁਖ ਕਰ ਭਰੇ ਪੁਖ ਕਰ ਪੁਖ ਕਰ ਜਿਓ ਇੱਥੇ ਹੁਣ ਕਬੀਰ ਰਾਜ ਜੀ ਪੁਖ ਕਰ ਦਾ ਜਿਹੜਾ ਹੈ ਨਾ ਉਹ ਕਈ ਅਰਥ ਰੱਖ ਕੇ ਕਬਿਤ ਕਹਿ ਰਹੇ ਹੈ ਪੁਖ ਕਰ ਦੇ ਅਰਥ ਤਾਂ ਬਹੁਤ ਹੁੰਦੇ ਹੈ ਪਰ ਇੱਥੇ ਕਮਲ ਤੋਂ ਜਲ ਤੋਂ ਤੇ ਤਲਾਬ ਤੋਂ ਭਾਵ ਕਬੀਰ ਰਾਜ ਜੀ ਉਚਾਰਨ ਕਰ ਰਹੇ ਹੈ ਉਸ ਤਰ੍ਹਾਂ ਤਾਂ ਪੁਖ ਕਰਦੇ ਅਰਥ ਜਿਹੜੇ ਆਕਾਸ਼ ਬਾਜੂ ਮੰਡਲ ਬਾਜੂ ਪਾਣੀ ਕਮਲ ਹਾਥੀ ਇਸ ਪ੍ਰਕਾਰ ਬਹੁਤ ਸਾਰੇ ਪੁਖ ਕਰਦੇ ਅਰਥ ਹੋ ਜਾਂਦੇ ਹੈ ਪਰ ਇੱਥੇ ਕਵੀ ਰਾਜਪੁਰ ਕਰਨ ਵਿੱਚ ਰੱਖਦੇ ਹੋਏ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਪੁਖ ਕਰ ਭਰੇ ਪੁਖ ਕਰ ਪੁਖ ਕਰ ਜਿਉ ਕਹਿੰਦੇ ਪੁਖ ਕਰ ਭਰੇ ਪੁਖ ਕਰ ਪਾਣੀ ਨਾਲ ਭਰੇ ਹੋਏ ਕੀ ਪੁਖ ਕਰ ਤਲਾਬ ਤੇ ਉਹਦੇ ਅੰਦਰ ਪੁਖ ਕਰ ਜਿਉ ਪੁਖ ਕਰ ਕਹਿੰਦੇ ਫਿਰ ਕਮਲ ਫੁੱਲ ਨੂੰ ਤੇ ਜਿਉ ਕਹਿੰਦੇ ਹੈ ਜਿਹੜਾ ਜਿਉ ਜਿੱਥੇ ਜਾਂਦਾ ਹੈ ਭਾਵ ਜਨਮ ਲੈਂਦਾ ਹੈ ਪਾਣੀ ਭਰਿਆ ਹੋਇਆ ਤਲਾਬ ਦੇ ਅੰਦਰ ਤੇ ਉਥੇ ਕਮਲ ਦਾ ਫੁੱਲ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਜਿਉਂ ਜਿਸ ਪ੍ਰਕਾਰ ਵੀ ਇਸ ਪ੍ਰਕਾਰ ਜਿਉਂ ਦਾ ਅਰਥ ਜਿਸ ਪ੍ਰਕਾਰ ਵੀ ਹੁੰਦਾ ਹੈ ਤੇ ਜਿਵੇਂ ਜੇ ਜੱਜਾ ਵੱਖਰਾ ਕਰਦੀਏ ਤੇ ਯਈਆ ਵੱਖਰਾ ਕਰੀਏ ਜਿੱਥੇ ਜੈ ਭਾਵ ਜਿਉਂਦਾ ਹੈ ਪੈਦਾ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਨੇ ਪਾਣੀ ਦਾ ਭਰਿਆ ਹੋਇਆ ਪੋਖ ਕਰ ਪਾਣੀ ਦਾ ਭਰਿਆ ਹੋਇਆ ਪੋਖ ਕਰ ਤਲਾਬ ਪੋਖ ਕਰ ਕਮਲ ਫੁੱਲ ਜਿੱਥੇ ਪੈਦਾ ਹੁੰਦਾ ਏ ਵੇਖ ਕਰ ਸਸੀ ਕਰ ਕਰੈ ਦੁੱਤ ਹੀਨ ਹੈ ਇਹ ਜਦੋਂ ਸਸੀ ਚੰਦਰਮਾ ਨੂੰ ਵੇਖਦਾ ਨਾ ਤੇ ਵੇਖ ਕਰਕੇ ਕੀ ਕਮਲ ਫੁੱਲ ਦੀ ਜਿਹੜੀ ਦੁੱਤ ਸੋਭਾ ਹੈ ਉਹ ਹੀਨ ਹੋ ਜਾਂਦੀ ਹੈ ਇਉ ਕਬੀਰਾ ਜੀ ਕਹਿੰਦੇ ਐ ਚੰਦਰਮਾ ਨੂੰ ਵੇਖ ਕਰਕੇ ਕਮਲ ਦਾ ਫੁੱਲ ਜਿਹੜਾ ਨਾ ਉਹ ਇੱਕ ਜਿਹਾ ਨਹੀਂ ਰਹਿੰਦਾ ਹੈ ਇਥੇ ਹੁਣ ਇਹ ਕਬੀਰਾ ਜੀ ਦੱਸ ਰਹੇ ਐ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਕਮਲ ਫੁੱਲ ਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਹੜਾ ਪਾਣੀ ਦਾ ਭਰਿਆ ਹੋਇਆ ਤਲਾਬ ਹੈ ਨਾ ਉਹਦੇ ਆਸਰੇ ਤੇ ਹੀ ਕਮਲ ਦਾ ਫੁੱਲ ਰਹਿੰਦਾ ਹੈ ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਚਰਨ ਰੂਪੀ ਜਿਹੜੇ ਕਮਲ ਹਨ ਨਾ ਉਹ ਐਸੇ ਨਹੀਂ ਹਨ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸੇ ਦੇ ਆਸਰੇ ਹਨ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪ ਨਿਰਾਸ਼ਰਾ ਹਨ ਸਾਰਿਆਂ ਨੂੰ ਆਸਰਾ ਦੇਣ ਵਾਲੇ ਹੈ ਆਪ ਮਹਾਰਾਜ ਸੱਚੇ ਪਾਤਸ਼ਾਹ ਸੁਤੇ ਪ੍ਰਕਾਸ਼ ਅਨੰਤ ਰੰਗਕਾਰ ਸਰੂਪ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਹਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਕਰਕੇ ਚੰ드ਰਮਾ ਨੂੰ ਵੇਖ ਕਰਕੇ ਭਾਵ ਰਾਤ ਦੇ ਵਕਤ ਜਿਹੜਾ ਕਮਲ ਫੁੱਲ ਆ ਉਹਦੀ ਸੋਭਾ ਸ਼ੀਨ ਹੋ ਜਾਂਦੀ ਹੈ ਭਾਵ ਉਹਦੀ ਸੋਭਾ ਨਾਸ਼ ਹੋ ਜਾਂਦੀ ਹੈ ਬੰਦ ਹੋ ਜਾਂਦਾ ਹੈ ਪਰੇ ਤੇ ਨਹੀਂ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਸ਼ੋਭਾ ਕਦੇ ਹੁੰਦੀ ਹੈ ਤੇ ਕਦੇ ਸ਼ੀਨ ਹੋ ਜਾਂਦੀ ਹੈ ਨਹੀਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ੋਭਾ ਤਾਂ ਇੱਕ ਜੀ ਰਹਿੰਦੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਜੇ ਕੋਈ ਰਾਤ ਦੇ ਵਕਤ ਸਿਮਰੇ ਚੇਤੇ ਕਰੇ ਤੇ ਇਹ ਨਹੀਂ ਕਿ ਮਹਾਰਾਜ ਸਾਹਿਬ ਜੀ ਦੇ ਚਰਨ ਫਿਰ ਉਦੋਂ ਧਿਆਨ ਵਿੱਚ ਸਿੱਖ ਟਿਕਾਵੇ ਤੇ ਗੁਰੂ ਸਾਹਿਬ ਰੱਖਿਆ ਨਹੀਂ ਕਰਦੇ ਨਹੀਂ ਮਹਾਰਾ ਸੱਚੇ ਪਾਤਸ਼ਾਹ ਜੀ ਤਾਂ ਰਾਤ ਦਿਨ ਜਦੋਂ ਮਰਜ਼ੀ ਕੋਈ ਸਿੱਖ ਧਿਆਨ ਕਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਰੱਖਿਆ ਕਰਦੇ ਆ ਸੱਚੇ ਪਾਤਸ਼ਾਹ ਕਵੀ ਰਾਜ ਕਮਲ ਫੁੱਲ ਦੀ ਨਿਉਨਤਾਈ ਦੱਸਦੇ ਆ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲੋਂ ਕਹਿੰਦੇ ਜਦੋਂ ਇਸ ਪ੍ਰਕਾਰ ਪੁਖ ਕਰਹੀਨ ਫਿਰ ਪੜੋ ਵੇਖ ਕਰ ਸਸੀ ਕਰ ਕਰੈ ਦੁੱਤ ਹੀਨ ਹੈ ਵੇਖ ਕਰ ਵੇਖ ਕਰਕੇ ਸਸੀ ਚੰਦਰਮਾ ਨੂੰ ਜਿਹੜੀ ਦੁੱਤ ਸੋਭਾ ਹੈ ਨਾ ਉਹ ਹੀਨ ਨਾਸ਼ ਹੋ ਜਾਂਦੀ ਹੈ ਕਮਲ ਫੁੱਲ ਦੀ ਰਾਤ ਦੇ ਵਕਤ ਬੰਦ ਜਾਂ ਹੋ ਜਾਂਦਾ ਏ ਭੁਖ ਕਰ ਹੀਨ ਦਿਨ ਕਰ ਕਰੇ ਛੀਨ ਤਿਸ ਤੇ ਜਿਸ ਸੂਰਜ ਨੂੰ ਵੇਖ ਕਰਕੇ ਕਮਲ ਫੁੱਲ ਖਿੜਦਾ ਹੈ ਤੇ ਜਦੋਂ ਭੁਖ ਕਰ ਹੀਨ ਜਦੋਂ ਪਾਣੀ ਤੋਂ ਹੀਨ ਹੋਵੇ ਭਾਵ ਤਲਾਬ ਵਿੱਚ ਪਾਣੀ ਸੁੱਕ ਗਿਆ ਹੋਵੇ ਉਹੋ ਹੀ ਚੜਿਆ ਹੋਇਆ ਸੂਰਜ ਫਿਰ ਉਹਨੂੰ ਛੀਨ ਕਰਨ ਲੱਗ ਜਾਂਦਾ ਹੈ ਨਾਸ਼ ਕਰਨ ਲੱਗ ਜਾਂਦਾ ਹੈ ਸੂਰਜ ਦੇ ਚੜਨ ਨਾਲ ਹੀ ਫਿਰ ਫੁੱਲ ਜਿਹੜਾ ਹੈ ਉਹ ਸੜਨ ਲੱਗ ਪੈਂਦਾ ਹੈ ਸੂਰਜ ਦੀ ਤਪਸ਼ ਦੇ ਨਾਲ ਫਿਰ ਪੜੋ। ਪੁਖ ਕਰ ਹੀਨ ਦਿਨ ਕਰ ਕਰੇ ਛੀਨ ਤਿਸ ਦਿਨ ਕਰ ਸੂਰਜ ਨੂੰ ਕਹਿੰਦੇ ਆ ਜਦੋਂ ਪੁਖ ਕਰ ਪਾਣੀ ਤੋਂ ਹੀਣਾ ਹੁੰਦਾ ਨਾ ਕਮਲ ਫੁੱਲ ਤਾਂ ਉਦੋਂ ਉਸ ਵਕਤ ਜਿਹੜਾ ਚੜਿਆ ਹੋਇਆ ਸੂਰਜ ਵਾ ਉਸ ਨੂੰ ਸੁਕਾ ਦਿੰਦਾ ਹੈ ਸਾੜ ਦਿੰਦਾ ਹੈ ਹੀਨ ਕਰ ਦਿੰਦਾ ਹੈ ਨਾਸ਼ ਕਰ ਦਿੰਦਾ ਹੈ ਖਰ ਧਾਰੀ ਦੇਹ ਪਰ ਜਾਂ ਤਿਸੋ ਮਲੀਨ ਹੈ ਤੇ ਫਿਰ ਉਹਦੀ ਦੇਹ ਦੇ ਉੱਤੇ ਖਰ ਕੰਡਿਆਂ ਨੂੰ ਵੀ ਕਹਿੰਦੇ ਆ ਕੰਡੇ ਧਾਰਨ ਕੀਤੇ ਹੋਏ ਖਰ ਸ਼ਾਰ ਨੂੰ ਵੀ ਕਹਿੰਦੇ ਕਿਉਂਕਿ ਉਹ ਚਿੱਕੜ ਵਿੱਚ ਲਿਬੜਿਆ ਰਹਿੰਦਾ ਨੇ ਜਦੋਂ ਪਾਣੀ ਸੁੱਕ ਜਾਂਦਾ ਹੈ ਫਿਰ ਚਿੱਕੜ ਨਾਲ ਲਿਬੜੇ ਹੋਏ ਦੇ ਉੱਤੇ ਮਿੱਟੀ ਹੀ ਲੱਗੀ ਹੁੰਦੀ ਆ ਨਾ ਇਸ ਕਰਕੇ ਕਹਿੰਦੇ ਹਨ ਖਰ ਧਾਰੀ ਦੇਹ ਪਰ ਜਾਂ ਤਿਸੋ ਮਲੀਨ ਹੈ ਕੋਈ ਛਾਰ ਦੇਹ ਦੇ ਉੱਤੇ ਉਹਨੇ ਭਾਵ ਦੀ ਨਲਕੀ ਦੇ ਨਲਨੀ ਦੇ ਉੱਤੇ ਲੱਗੀ ਹੁੰਦੀ ਹੈ ਜਾਂ ਤਿਸੋ ਮਲੀਨ ਹੈ ਇਸ ਕਰਕੇ ਕਮਲ ਦਾ ਫੁੱਲ ਜਿਹੜਾ ਨਾ ਉਹ ਮਲੀਨ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਜਿਹੜੇ ਹਨ ਉਹ ਸਭ ਮੈਲਾਂ ਤੋਂ ਰਹਿਤ ਹਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਫਿਰ ਜਿਸ ਪ੍ਰਕਾਰ ਇਹ ਦ੍ਰਿਸ਼ਟਾਂਤ ਦਿੱਤੇ ਆ ਕਬੀਰ ਰਾਜ ਜੀ ਨੇ ਜਿਹੜਾ ਸੰਸਾਰ ਹੈ ਨਾ ਉਹ ਤਲਾਬ ਦੀ ਨਹੀਂ ਆਈ ਹੈ ਤੇ ਸੰਸਾਰ ਰੂਪੀ ਤਲਾਬ ਦੇ ਅੰਦਰ ਪਾਣੀ ਕਿਹੜਾ ਹੈ ਇਹਦੇ ਅੰਦਰ ਪਦਾਰਥਾਂ ਰੂਪੀ ਪਾਣੀ ਹੈ ਤੇ ਜਿਹੜਾ ਚੰਦਰਮਾ ਵਤ ਉਹ ਪੁਰਖ ਨੇ ਜਿਹੜੇ ਪ੍ਰਤੀ ਅਨਕੂਲ ਹੁੰਦੇ ਐ ਨਿੰਦਾ ਕਰਦੇ ਐ ਗਾਲਾਂ ਕੱਢਦੇ ਐ ਬੁਰਾ ਕਹਿੰਦੇ ਐ ਸੂਰਜ ਦੀ ਨਿਆਈ ਜਿਹੜੇ ਐ ਅਨਕੂਲ ਪੁਰਖ ਹਨ ਉਹ ਜਿਹੜਾ ਹੈ ਆਣ ਕਰਕੇ ਜਸ ਤਾਂ ਕਰਦੇ ਐ ਪਰ ਆਪਣਾ ਮਤਲਬ ਰੱਖਦੇ ਐ ਫਿਰ ਇਸ ਪ੍ਰਕਾਰ ਜਿਹੜੇ ਐ ਜੋ ਪਾਣੀ ਹਨ ਪਾਣੀ ਹੈ ਉਹ ਪਦਾਰਥਾਂ ਦੀ ਨਹੀਂ ਆਈ ਹੈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਤਾਂ ਨਹੀਂ ਕਿ ਪਦਾਰਥ ਪ੍ਰਾਪਤ ਹੁੰਦੇ ਐ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੈ ਜੇ ਪਦਾਰਥ ਨਹੀਂ ਪ੍ਰਾਪਤ ਹੁੰਦੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਘਟ ਜਾਂਦੀ ਹੈ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਸਮਕਸ਼ ਸ੍ਰਿਸ਼ਟੀ ਨੂੰ ਪਦਾਰਥ ਬਖਸ਼ਣ ਵਾਲੇ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਦਾਰਥਾ ਰੂਪੀ ਪਾਣੀ ਨਾਂ ਵੀ ਹੋਵੇ ਕਿਉਂਕਿ ਲੋਕ ਆ ਆ ਕਰਕੇ ਦਾਤਾਂ ਮੰਗਦੇ ਆ ਨਾ ਸੱਚੇ ਪਾਤਸ਼ਾਹ ਦੇ ਕੋਲੋਂ ਜਿਵੇਂ ਸੂਰਜ ਜਿਹੜਾ ਹੈ ਪਾਣੀ ਤੋਂ ਹੀਣੇ ਫੁੱਲ ਨੂੰ ਸ਼ੀਨ ਕਰ ਦਿੰਦਾ ਹੈ ਨਾ ਸਾੜ ਦਿੰਦਾ ਹੈ ਤੇ ਸਤਿਗੁਰੂ ਜੀ ਦੇ ਕੋਲੋਂ ਆ ਕਰਕੇ ਜਿਹੜੇ ਅਨਕੂਲ ਪੁਰਖ ਜਦੋਂ ਦਾਤਾਂ ਮੰਗਦੇ ਆ ਤੇ ਕੀ ਮਹਾਰਾਜ ਦੇ ਕੋਲ ਦਾਤਾਂ ਸੁੱਕ ਜਾਂਦੀਆਂ ਘਟ ਜਾਂਦੀਆਂ ਨਹੀਂ ਤਾਂ ਇੱਥੇ ਤਾਂ ਰਧੀਆਂ ਸਿੱਧੀਆਂ ਦੇ ਪ੍ਰਸ਼ਾਦ ਸੱਚੇ ਪਾਤਸ਼ਾਹ ਜੀ ਮਹਾਰਾਜ ਵਰਤਾਈ ਜਾਂਦੇ ਮੁੱਕਦਾ ਹੀ ਨਹੀਂ ਸੱਚੇ ਪਾਤਸ਼ਾਹ ਜੀ ਦਾ ਭੰਡਾਰ ਐਸਾ ਖੁੱਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਐ ਜਿਹੜਾ ਵੀ ਕੋਈ ਸਿੱਖ ਹਜੂਰ ਦੇ ਕੋਲ ਆ ਕਰਕੇ ਸੇਵਾ ਕਰਦਾ ਹੈ ਉਹ ਚਾਰ ਪਦਾਰਥ ਪਾ ਕੇ ਨਿਹਾਲ ਹੁੰਦਾ ਹੈ ਇਸ ਪ੍ਰਕਾਰ ਕਬੀਰਾ ਜੀ ਕਹਿੰਦੇ ਹਨ ਫਿਰ ਪੜੋ ਖਰ ਧਾਰੀ ਦੇਹ ਪਰ ਜਾਂ ਤਿਸੋ ਮਲੀਨ ਹੈ ਪਿਛਲੀ ਪੰਕਤੀ ਫਿਰ ਪੜੋ ਭੁਖ ਕਰਹੀਨ ਦਿਨ ਕਰ ਕਰੇ ਸ਼ੀਨ ਤਿਸ ਜਿਹੜਾ ਦਿਨ ਕਰ ਸੂਰਜ ਵੈ ਉਹ ਸ਼ੀਨ ਕਰ ਦਿੰਦਾ ਹੈ ਨਾ ਜਦੋਂ ਪਾਣੀ ਤੋਂ ਹੀਣਾ ਹੁੰਦਾ ਹੈ ਕਮਲ ਫੁੱਲ ਗੁਰੂ ਮਹਾਰਾ ਸੱਚੇ ਪਾਤਸ਼ਾਹ ਕਦੇ ਪਦਾਰਥਾਂ ਤੋਂ ਹੀਣੇ ਨਹੀਂ ਹੁੰਦੇ ਮਹਾਰਾਜ ਦੇ ਕੋਲ ਤਾਂ ਸਦਾ ਹੀ ਪਦਾਰਥ ਹੁੰਦੇ ਐ ਇਸ ਕਰਕੇ ਜਿਹੜੇ ਅਨਕੂਲ ਪੁਰਖਾ ਕਰਕੇ ਮੰਗਦੇ ਐ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਵੰਡੀ ਜਾਂਦੇ ਐ ਵੰਡੀ ਜਾਂਦੇ ਐ ਕਦੇ ਮਹਾਰਾਜ ਦੇ ਕੋਲੋਂ ਮੁੱਕਦੇ ਨਹੀਂ ਆਪ ਸੱਚੇ ਪਾਤਸ਼ਾਹ ਪਦਾਰਥਾਂ ਵਿੱਚ ਰਹਿੰਦੇ ਹੋਏ ਵੀ ਪਦਾਰਥਾਂ ਤੋਂ ਹਜ਼ੂਰ ਨਰਲੇਪ ਰਹਿੰਦੇ ਐ ਕਿਉਂਕਿ ਕਬੀਰ ਰਾਜ ਜੀ ਨੇ ਇਸ ਪਾਵਨ ਕਥਾ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾ ਸਰੂਪ ਸੀ ਤੇ ਮਾਇਆ ਜਿਹੜੀ ਸੀ ਨਾ ਉਹ 12 ਕੋ ਤੱਕ ਛਲ ਨਹੀਂ ਸੀ ਕਰ ਸਕਦੀ ਜਦੋਂ ਫਿਰ ਹਜ਼ੂਰ ਨੇ ਦੂਸਰਾ ਸਰੂਪ ਧਾਰਨ ਕੀਤਾ ਉਦੋਂ ਮਾਇਆ ਫਿਰ 6 ਕੋ ਤੇ ਆ ਕਰਕੇ ਰੁਕੀ ਐ ਤੇ 6 ਕੋ ਤੱਕ ਮਾਇਆ ਛਲ ਨਹੀਂ ਸੀ ਕਰਦੀ ਇਹ ਮਹਾਰਾਜ ਦੀ ਮੌਜ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਿੱਥੋਂ ਤੱਕ ਕੋਈ ਜਿਹੜਾ ਹੈ ਕੋਈ ਕੋਈ ਭਰਮ ਵਰਤਾ ਸਕਦਾ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਤੀਸਰਾ ਸਰੂਪ ਧਾਰਨ ਕੀਤਾ ਸੀ ਉਦੋਂ ਫਿਰ ਦਰਵਾਜ਼ੇ ਤੇ ਆ ਕੇ ਖਲੋਗੀ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਬਹੁਤ ਸਾਰੀਆਂ ਰਸਤਾ ਦੇ ਗੱਡੇ ਭਰੇ ਲੈ ਕਰਕੇ ਨਗਰਾਂ ਦੇ ਲੋਕ ਆ ਕਰਕੇ ਆਪਸ ਵਿੱਚ ਜਿਹੜਾ ਸੀ ਉਹ ਇੱਕ ਦੂਸਰੇ ਨੂੰ ਕਹਿੰਦੇ ਕਿ ਅੱਜ ਸਾਡੀ ਵਾਰੀ ਹੈ ਅੱਜ ਸਾਡੀ ਵਾਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਵਾਰੀ ਦੇ ਅਨੁਸਾਰ ਰਸਤੋ ਉਨੀ ਲੈਂਦੇ ਜਿਹੜੀ ਲੰਗਰ ਚ ਲੱਗ ਜੇ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਨਾਸੀ ਲਿਆ ਕਰਦੇ ਅਕਬਰ ਵਰਗੇ ਬਾਦਸ਼ਾਹ ਵੀ ਮਹਾਰਾਜ ਦੇ ਅੱਗੇ ਸੋਨੇ ਚਾਂਦੀਆਂ ਅਸ਼ਰਫੀਆਂ ਭੇਟ ਕਰਦੇ ਰਹੇ ਪਰ ਸਤਗੁਰਾਂ ਜੀ ਨੇ ਪ੍ਰਵਾਨ ਨਾ ਸੀ ਕੀਤੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਰਵਾਜ਼ੇ ਤੇ ਆਈ ਜਾਣ ਕਰਕੇ ਮਾਇਆ ਫਿਰ ਮਹਾਰਾਜ ਚਰਨੀ ਲਾ ਲਈ ਸੱਚੇ ਪਾਤਸ਼ਾਹ ਨੇ ਹਜ਼ੂਰ ਦੇ ਚੌਹਾਂ ਪਾਸਿਆਂ ਤੋਂ ਮਾਇਆ ਵਰਦੀ ਸੀ ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇਉਂ ਨਿਰਲੇਪ ਰਹਿੰਦੇ ਸੀ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਇਹ ਦ੍ਰਿਸ਼ਟਾਨ ਦਿੰਦਾ ਹੈ ਕਿਬਲ ਇੱਕ ਕਵੀ ਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਐਸੇ ਨਹੀਂ ਹਨ ਕਿ ਜੇ ਕੋਈ ਆ ਕਰਕੇ ਮੰਗਦਾ ਹੈ ਪਦਾਰਥ ਤੇ ਉਹ ਸ਼ੀਨ ਹੋ ਜਾਂਦੇ ਆ ਜਾਂ ਮੁੱਕ ਜਾਂਦੇ ਪਦਾਰਥ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਦੇ ਕੋਲ ਤਾਂ ਸਦਾ ਹੀ ਚਾਰ ਪਦਾਰਥ ਵਰਦੇ ਆ ਮੋਕਸ਼ ਵਾਲਿਆਂ ਨੂੰ ਮੋਕਸ਼ ਪ੍ਰਾਪਤ ਹੁੰਦੀ ਹੈ ਧਨ ਵਾਲਿਆਂ ਨੂੰ ਧਨ ਪ੍ਰਾਪਤ ਹੁੰਦਾ ਹੈ ਧਰਮੀ ਪੁਰਖਾਂ ਨੂੰ ਧਰਮ ਪ੍ਰਾਪਤ ਹੁੰਦਾ ਹੈ ਜਿਹੜੇ ਇੱਛਾ ਲੈ ਕੇ ਆਉਂਦੇ ਉਹਨਾਂ ਦੀਆਂ ਇੱਛਾਵਾਂ ਮਹਾਰਾਜ ਪੂਰੀਆਂ ਕਰ ਦਿੰਦੇ ਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਖਰ ਧਾਰੀ ਦੇਹ ਪਰ ਜਾਂ ਤੇ ਸੋ ਮਲੀਨ ਹੈ ਇਸ ਕਰਕੇ ਉਹਨੇ ਜਿਹੜਾ ਹੈ ਕਮਲ ਫੁੱਲ ਉਹਦੇ ਖਰ ਕੰਡੇ ਵੀ ਲੱਗੇ ਹੋਏ ਆ ਗੁਰੂ ਸਾਹਿਬ ਜੀ ਦੇ ਕੋਲ ਕੋਈ ਦੁੱਖ ਰੂਪੀ ਕੰਡੇ ਨਹੀਂ ਹਨ ਇੱਥੇ ਤਾਂ ਸੁਖ ਹੀ ਸੁਖ ਹੈ ਕਮਲ ਫੁੱਲ ਇਸ ਕਰਕੇ ਮਲੀਨ ਹੈ ਗੁਰੂ ਜੀ ਦੇ ਚਰਨ ਉੱਜਲ ਹਨ ਸੁਖ ਮਾ ਨਿਹਾਰ ਭੌਰ ਦਾਹਤ ਅਪਾਰ ਆਨ ਫਿਰ ਉਹਦੀ ਸੋਭਾ ਨਿਹਾਰ ਕੇ ਵੇਖ ਕਰਕੇ ਜਿਹੜੇ ਭੌਰੇ ਹਨ ਨਾ ਉਹ ਆ ਕਰਕੇ ਜਿਹੜਾ ਹੈ ਉਹਦਾ ਮਕਰੰਦ ਰਸ ਚੂਸਦੇ ਆ ਤੇ ਉਹਨੂੰ ਸਾੜ ਦਿੰਦੇ ਆ ਫੁੱਲ ਦੀ ਆਭਾ ਉਹੋ ਜੀ ਨਹੀਂ ਰਹਿੰਦੀ ਹੈ ਦਾਹਤ ਤੇ ਉਹਨੂੰ ਦਾਉਂਦੇ ਆ ਭਾਵ ਸਾੜ ਦਿੰਦੇ ਆ ਫਿਰ ਪੜੋ ਸੁਖ ਮਾਨਿਹਾਰ ਭੌਰ ਦਾਹਤ ਅਪਾਰ ਆਨ ਆਣ ਕਰਕੇ ਬਹੁਤਾ ਉਹਨੂੰ ਫਿਰ ਸਾੜਦੇ ਆ ਕਮਲ ਫੁੱਲ ਤੋਂ ਰਾਸੀ ਚੂਸ ਲੈਂਦੇ ਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੇ ਨਹੀਂ ਕਿ ਸੇਖਾ ਕਰਕੇ ਦਾਤ ਮੰਗਦੇ ਆ ਤੇ ਗਰੀਬ ਨਿਵਾਜ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੋਭਾ ਘਟ ਜਾਂਦੀ ਹੈ ਕਿਉਂਕਿ ਕਿਸੇ ਕੋਲ ਕੀਤੀ ਹੋਈ ਕਮਾਈ ਹੁੰਦੀ ਹੈ ਨਾ ਕਹਿੰਦੇ ਮੈਂ ਆਪਣੀ ਕਮਾਈ ਦੀ ਕੀਤੀ ਅਰਦਾਸ ਜਿਹੜੀ ਆ ਉਹ ਤੈਨੂੰ ਭਾਈ ਕਰਦਾ ਹਾਂ ਤੇ ਫਿਰ ਉਹਦੀ ਜਿਹੜੀ ਸੋਭਾ ਹੈ ਕਿਉਂਕਿ ਆਪਣਾ ਤਪ ਤੇਜ ਈਓ ਬੜੇ ਪ੍ਰਮਾਣ ਆਉਂਦੇ ਐ ਕਿ ਕਿਸੇ ਨੂੰ ਕੋਈ ਦੇ ਦੇਵੇ ਤੇ ਫਿਰ ਉਹ ਆਪਣਾ ਉਹਦਾ ਤਪ ਖੀਨ ਹੋ ਜਾਂਦਾ ਹੈ ਸ਼ੀਨ ਹੋ ਜਾਂਦਾ ਹੈ ਜਿਵੇਂ ਪਰਸ਼ਰਾਮ ਦਾ ਹੀ ਤਪ ਸ਼ੀਨ ਕਰ ਦਿੱਤਾ ਸੀ શ્રી ਰਾਮਚੰਦਰ ਜੀ ਨੇ ਕੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵੀ ਪ੍ਰਤਾਪ ਸ਼ੀਨ ਹੋ ਜਾਂਦਾ ਹੈ ਨਹੀਂ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤਾਂ ਆਪ ਨਿਰੰਕਾਰ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਜੀਆਂ ਨੂੰ ਸਤਿਗੁਰੂ ਜੀ ਦਾਤਾਂ ਦਿੰਦੇ ਐ ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਤਾਪ ਸ਼ੀਨ ਨਹੀਂ ਹੁੰਦਾ ਮਹਾਰਾ ਸੱਚੇ ਪਾਤਸ਼ਾਹ ਦਾ ਪ੍ਰਤਾਪ ਤਾਂ ਹੋਰ ਵੱਧਦਾ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦਾ ਜਸ ਤਾਂ ਹੋਰ ਛਾਇਆ ਸੰਸਾਰ ਦੇ ਅੰਦਰ ਜਿੰਨੀਆਂ ਦਾਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਵੰਡਦੇ ਐ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਪਵਿੱਤਰ ਵੜਿਆਈ ਸੰਸਾਰ ਦੇ ਅੰਦਰ ਫੈਲਦੀ ਹੈ ਇਸੇ ਪ੍ਰਕਾਰ ਹੀ ਸੁਖ ਮਾ ਨਿਹਾਰ ਭੌਰ ਦਾਹਤ ਅਪਾਰ ਆਨ ਮਹਾਰਾਜ ਜੀ ਦੇ ਚਰਨਾਂ ਦੀ ਸੋਭਾ ਵੇਖ ਵੇਖ ਕਰਕੇ ਸੁਣ ਸੁਣ ਕੇ ਸੋਭਾ ਸਤਿਗੁਰੂ ਜੀ ਦੀ ਭੌਰੇ ਸਿੱਖ ਆਉਂਦੇ ਆ ਮਹਾਰਾ ਸੱਚੇ ਪਾਤਸ਼ਾਹ ਦੇ ਕੋਲ ਤੇ ਮਹਾਰਾਜ ਰੂਪੀ ਕਮਲ ਦੇ ਕੋਲ ਮਕਰੰਦ ਰਸ ਕਿਹੜਾ ਹੈ ਨਾਮ ਦਾ ਰਸ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਐਸਾ ਨਾਮ ਦਾ ਰਸ ਵੈ ਕਿ ਜਿਹੜੇ ਆਉਂਦੇ ਆ ਭੁੱਖੇ ਉਹਨਾਂ ਨੂੰ ਵੀ ਤ੍ਰਿਪਤੀ ਹੋ ਜਾਂਦੀ ਹੈ ਆਤਮਾ ਨਿਹਾਲ ਹੋ ਜਾਂਦੀ ਹੈ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੋਭਾ ਜਿਹੜੀ ਹੈ ਨਾ ਉਹ ਉਮੇ ਦੀ ਉਮੇ ਰਹਿੰਦੀ ਹੈ ਮਹਾਰਾਜ ਦਾ ਪ੍ਰਤਾਪ ਕਦੇ ਘਟਦਾ ਨਹੀਂ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਵੰਡੀ ਜਾਂਦੇ ਐ ਕਿਉਂਕਿ ਇਹ ਨਾਮ ਸੋ ਅਪਾਰਸਾਰ ਦੀਨੋ ਗੁਰ ਰਿਧਧਰ ਇਹ ਪਟਾ ਨੇ ਕਿਹਾ ਨਾਮ ਦਾ ਅਪਾਰ ਖਜ਼ਾਨਾ ਜਿਹੜਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲਿਆ ਜਿਹੜਾ ਸਤਿਗੁਰੂ ਜੀ ਨੇ ਲੈ ਕਰਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੰਦਰ ਧਰਨਾ ਕੀਤਾ ਤੇ ਉਹੋ ਹੀ ਨਾਮ ਦਾ ਖਜ਼ਾਨਾ ਜਿਹੜਾ ਸੀ ਨਾ ਜਿਹਦਾ ਕੋਈ ਪਾਰਾ ਵਾਰੰਤ ਨਹੀਂ ਪਾਇਆ ਜਾ ਸਕਦਾ ਜਿਸ ਖਜ਼ਾਨੇ ਦੇ ਮਾਲਕ ਖੁਦ ਗੁਰੂ ਨਾਨਕ ਸਾਹਿਬ ਜੀ ਆਪ ਹਨ ਉਹ ਖਜ਼ਾਨਾ ਨਾਮ ਦਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਇਸ ਪ੍ਰਕਾਰ ਜਿਹੜਾ ਜਦੋਂ ਨਾਮ ਦੀਆਂ ਦਾਤਾਂ ਵੰਡਦੇ ਐ ਪਦਾਰਥ ਵੰਡਦੇ ਐ ਸੱਚੇ ਪਾਤਸ਼ਾਹ ਮਹਾਰਾਜ ਤਾਂ ਕੋਈ ਕਮੀ ਨਹੀਂ ਆਉਂਦੀ ਕਿੱਥੇ ਭਾਈ ਆਦਮ ਨੂੰ ਕਿਤੋਂ ਵੀ ਪੁੱਤ ਨਹੀਂ ਸੀ ਮਿਲਿਆ ਸਭ ਥਾਵਾਂ ਤੇ ਪੀਰ ਫਕੀਰ ਮਨਾ ਹਟਿਆ ਸੀ ਤਾਂ ਗੁਰੂ ਰਾਮਦਾਸ ਸਾਹਿਬ ਨੇ ਕੇਵਲ ਪੁੱਤਰ ਨਹੀਂ ਦਿੱਤਾ ਨਾਮ ਕਰਨ ਵੀ ਕਰਤਾ ਸੀ ਆਖਿਆ ਤੈਨੂੰ ਆਪਣੀ ਭਗਤੀ ਦੀ ਅੰਸ਼ ਚੋਂ ਪੁੱਤਰ ਦਿੰਨੇ ਆ ਉਹਦਾ ਨਾਮ ਭਾਈ ਭਗਤੂ ਰੱਖੀ ਬ੍ਰਹਮ ਗਿਆਨੀ ਹੋਵੇਗਾ ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਪ ਐਡੇ ਦੀਨ ਦਿਆਲ ਹੋ ਸਤਿਗੁਰੂ ਜੀ ਆਪ ਜੀ ਜਿਵੇਂ ਇਹ ਕਮਲ ਦਾ ਦ੍ਰਿਸ਼ਟਾਨ ਦੇ ਕਰਕੇ ਕਵੀ ਰਾਜ ਕਹਿੰਦੇ ਕਹਿੰਦੇ ਕਮਲ ਦਾ ਫੁੱਲ ਤਾਂ ਭੌਰੇ ਰਸ ਚੂਸ ਕੇ ਤੇ ਉਹਨੂੰ ਸਾੜਦੇ ਐ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆ ਕਰਕੇ ਨਾਮ ਦਾ ਰਸ ਜਦੋਂ ਭੌਰੇ ਬਣ ਕੇ ਸਿੱਖ ਚੂਸਦੇ ਐ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਜਿਹੜੀ ਆ ਨਾ ਉਹ ਘਟਦੀ ਨਹੀਂ ਸਕੋ ਹੋਰ ਵੱਧਦੀ ਹੈ ਜਾਰਤ ਤੁਖਾਰ ਇਤੇ ਔਗਣ ਅਧੀਨ ਹੈ ਜਾਰਤ ਤੁਖਾਰ ਇਤੇ ਔਗਣ ਅਧੀਨ ਹੈ ਫਿਰ ਕਹਿੰਦੇ ਤੁਖਾਰ ਜਿਹੜੀ ਠੰਡ ਵੈ ਉਹ ਵੀ ਕਮਲ ਫੁੱਲ ਨੂੰ ਸਾੜਦੀ ਹੈ ਐਨੇ ਔਗਣਾਂ ਦੇ ਅਧੀਨ ਹੈ ਕਮਲ ਫੁੱਲ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾ ਕਮਲਾਂ ਨੂੰ ਜੜਤਾ ਰੂਪੀ ਠੰਡ ਠਾਰ ਨਹੀਂ ਸਕਦੀ ਸਗੋਂ ਕਿ ਸਤਿਗੁਰੂ ਜੀ ਦੇ ਚਰਨ ਤਾਂ ਸਭ ਦੀ ਜੜਤਾ ਨਾਸ਼ ਕਰਦੇ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਮਨ ਨੂੰ ਚੇਤਨਤਾ ਬਖਸ਼ਿਸ਼ ਕਰਦੇ ਹੈ ਸੁੱਤੇ ਮਨ ਨੂੰ ਜਗਾ ਦਿੰਦੇ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਐਨੇ ਔਗਣਾ ਦੇ ਅਧੀਨ ਕਮਲ ਫੁੱਲ ਉਹਨੂੰ ਜਿਹੜੀ ਠੰਡ ਵੀ ਸਾੜਦੀ ਹੈ ਸਤਗੁਰ ਰਾਮਦਾਸ ਚਰਨ ਮੁਕਤ ਦੇਤ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਜਿਹੜੇ ਹਨ ਉਹ ਮੁਕਤੀ ਦੇ ਦੇਣ ਵਾਲੇ ਹਨ ਉਪਮਾ ਕਮਲ ਕੀ ਨਾ ਬਣੈ ਬਦੇਹੀਨ ਹੈ ਕਹਿੰਦੇ ਉਪਮਾ ਦੇਣੀ ਕਮਲ ਫੁੱਲ ਦੀ ਇਹ ਤਾਂ ਜਿਹੜੀ ਯੁਗਤੀ ਹੀਣ ਯੁਗਤੀ ਹੈ ਭਾਵ ਇਹ ਤਰੀਕਾ ਠੀਕ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਜਿਹੜਾ ਕਮਲ ਫੁੱਲ ਦੀ ਤੁਲਨਾ ਦੇਣੀ ਕਹਿੰਦੇ ਇਹ ਠੀਕ ਵਿਧੀ ਨਹੀਂ ਹੈ ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਇਹ ਤਾਂ ਮੁਕਤੀ ਦੇ ਦਾਤੇ ਹਨ ਕਮਲ ਫੁੱਲ ਮੁਕਤੀ ਨਹੀਂ ਦੇ ਸਕਦਾ ਹੈ ਉਹਦੇ ਔਗਣ ਗਿਣੇ ਆ ਕਬੀਰ ਰਾਜ ਜੀ ਨੇ ਕਿ ਕਿੰਨੇ ਗੁਣ ਹੈ ਪਾਣੀ ਦੇ ਅਧੀਨ ਰਹਿੰਦਾ ਵਿਚਾਰਾ ਤੇ ਫਿਰ ਇਸ ਪ੍ਰਕਾਰ ਚੰਦਰਮਾ ਨੂੰ ਵੇਖ ਕਰਕੇ ਤਾਂ ਉਹਦੀ ਸ਼ੋਭਾ ਹੀ ਖਰਾਬ ਹੋ ਜਾਂਦੀ ਸਾਰੀ ਸਾਰਾ ਹੀ ਉਹ ਜਿਹੜਾ ਮਿਟ ਜਾਂਦਾ ਹੈ ਮੀਚਿਆ ਜਾਂਦਾ ਹੈ ਤੇ ਫਿਰ ਸੂਰਜ ਵੀ ਉਹਨੂੰ ਉਹਨਾਂ ਚਿਰ ਹੀ ਖੜਾਉਂਦਾ ਜਿੰਨਾ ਚਿਰ ਉਹਦੇ ਕੋਲ ਪਾਣੀ ਹੈ ਜਦੋਂ ਪਾਣੀ ਦੇ ਸੁੱਕੇ ਤਲਾਬ ਵਿੱਚ ਆ ਫਿਰ ਸੂਰਜ ਵੀ ਉਹਨੂੰ ਖੀਨ ਕਰਦਾ ਛਾੜਦਾ ਹੈ ਫੌਰਿਆ ਕਰਕੇ ਉਹਦਾ ਮਕਰੰਦ ਰਸ ਚੂਸ ਲੈਂਦੇ ਆ ਦੇਹ ਉਹਦੀ ਮਲੀਨ ਰਹਿੰਦੀ ਹੈ ਕੰਡਿਆਂ ਨਾਲ ਭਰੀ ਰਹਿੰਦੀ ਹੈ ਤੇ ਫਿਰ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਦੀ ਬਰਾਬਰਤਾ ਕਿਵੇਂ ਕਰ ਸਕਦਾ ਹੈ ਇਸ ਕਰਕੇ ਐਡੇ ਔਗਣ ਨੇ ਕਮਲ ਫੁੱਲ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਮੁਕਤੀ ਦਾਤੇ ਹਨ ਇਸ ਕਰਕੇ ਮਹਾਰਾਜ ਦੇ ਚਰਨਾਂ ਦੀ ਬਰਾਬਰਤਾ ਕਮਲ ਫੁੱਲ ਨਹੀਂ ਕਰ ਸਕਦਾ ਮਹਾਰਾਜ ਜੀ ਦੇ ਚਰਨਾਂ ਕਮਲਾ ਨਾਲ ਕਮਲ ਫੁੱਲ ਨੂੰ ਤੁਲਨਾ ਦੇਣੀ ਇਹ ਵਿਧੀ ਠੀਕ ਨਹੀਂ ਹੈ ਦੋਹਰਾ ਸ੍ਰੀ ਅਰਜਨ শ্রোਤਾ ਅਰਜ ਸਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾ ਚਰਨ ਕਰਦੇ ਐ ਸੁ ਸਮਾਂ ਹੋ ਚੁੱਕਾ ਹੈ ਸਤਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾ ਚਰਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਗਰੀਬ ਨਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਿਵੇਂ ਕਬੀਰ ਰਾਜ ਜੀ ਬੰਦਨਾ ਕਰਨਗੇ ਉਹ ਬੰਦਨਾ ਵੀ ਬਹੁਤ ਪਿਆਰ ਸ਼ਰਧਾ ਭਾਵਨਾ ਨਾਲ ਕਬੀਰ ਰਾਜ ਜੀ ਕਰ ਰਹੇ ਹਨ ਸਤਿਗੁਰਾਂ ਜੀ ਦਾ ਨਾਮ ਬੜੇ ਅਦਬ ਪਿਆਰ ਦੇ ਨਾਲ ਜਦੋਂ ਲਿਖਦੇ ਐ ਤੇ ਕਿਆ ਸੋਹਣੀ ਕਵਿਤਾ ਕਿੰਨੀ ਸੋਹਣੀ ਛੰਦਾ ਬੰਦੀ ਦੇ ਅੰਦਰ ਕਬੀਰ ਰਾਜ ਮਹਾਰਾਜ ਦੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਐ ਨਮਸਕਾਰ ਕਰਦੇ ਐ ਤਨ ਹਨ ਐਸੇ ਮਹਾਪੁਰਖ ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਐਡੀ ਗਿਆਨ ਦੀ ਐਡੀ ਵਿਦਵਤਾ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਇਹਨੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸ ਰਹੇ ਹੈ ਕਿਉਂਕਿ ਕਥਾ ਦੀ ਆਰੰਭਤਾ ਕਰਨੀ ਹੈ ਇਸ ਕਰਕੇ ਸਤਿਗੁਰਾਂ ਜੀ ਦੇ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਕਰਕੇ ਆਗਿਆ ਮੰਗਦੇ ਹੈ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੰਦਨਾ ਕਰਨਗੇ ਕਬੀਰ ਰਾਜ ਦੋਵੇਂ ਹੱਥ ਜੋੜ ਕਰਕੇ ਆਪਾਂ ਵੀ ਬੰਦਨਾ ਕਰੀਏ ਮਹਾਰਾਜ ਦੇ ਚਰਨਾਂ ਤੇ ਸਾਨੂੰ ਵੀ ਇਹ ਮਹਾਨ ਫਲ ਪ੍ਰਾਪਤ ਹੋਵੇਗਾ ਸੁਣਨ ਦੇ ਨਾਲ ਜਿਵੇਂ ਕਰਨਗੇ ਕਬੀ ਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਸ ਕਲ ਦੇ ਦੀਵਾਨ ਦੀ ਕਥਾ ਵਿੱਚ ਸਰਵਣ ਕਰਾਂਗੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸਮਤ ਬਖਸ਼ਣੀ ਜੀ ਸੁਖ ਮਾ ਨਿਹਾਰ ਭੌਰ ਦਾਹਤ ਅਪਾਰ ਆਨ ਜਾਰਿਤ ਤੁਖਾਰ ਇਤੇ ਔਗਨ ਅਧੀਨ ਹੈ ਸਤ ਗੁਰ RAMਦਾਸ ਚਰਨ ਮੁਕਤ ਦੇਤ ਉਪਮਾ ਕਮਲ ਕੀ ਨ ਬਨੈ ਬਿਦੇਹੀਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਆਗਨਾਸ਼ ਹੈ ਪੂਰਨ ਹੈ ਸਰਬਮੈ ਦੁਖ ਭੰਜਨ ਗੁਣ ਤਾਸ ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਬੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰ ਗੁਨੇਦਾਰਾਧਾਰ ਏ ਠਾਕੁਰ ਹਉ ਦਸਰ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੇ ਨਾਮ ਦਾਣ ਰੱਖੋ ਹਿਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆ ਇਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਧਾ ਕਰ ਸੇ ਮੰਦੇ ਗੁਰ ਪਾਰ ਉਤਾਰਨ ਫਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੁ ਸਿੰਘ ਸੁਜਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ